ਜੀ ਮੈਂ ਤੁਹਾਡੀ ਆਪਣੀ ਸਮ੍ਰਿਤੀ ਓਬਰਾਏ ਅਤੇ ਤੁਸੀਂ ਦੇਖ ਰਹੇ ਹੋ ਮਿਸਿਜ਼ ਪੰਜਾਬ ਦੇ ਗਰੂਮਿੰਗ ਸੈਸ਼ਨ ਦਾ ਡੇ 2। ਅੱਜ ਵੀ ਬਹੁਤ ਸਾਰੇ ਸਰਪ੍ਰਾਈਜ਼ ਨੇ, ਬਹੁਤ ਸਾਰੀ ਐਕਟੀਵਿਟੀਜ਼ ਨੇ ਜੋ ਕਿ ਪਾਰਟੀਸਪੇਟ ਕਰਨਗੇ। ਫਿਲਹਾਲ 1 to 15 ਟੈਗ ਨੰਬਰ ਦਾ ਫੋਟੋ ਸ਼ੂਟ ਚੱਲ ਰਿਹਾ, ਤੁਸੀਂ ਦੇਖ ਸਕਦੇ ਹੋ ਪੂਲ ਸਾਈਡ 'ਤੇ ਸਾਰੇ ਜਣੇ ਬੜਾ ਵਧੀਆ ਤਿਆਰ ਹੋ ਕੇ ਆਏ ਨੇ, ਉਹਨਾਂ ਦਾ ਫੋਟੋ ਸ਼ੂਟ ਚੱਲ ਰਿਹਾ, ਕਈਆਂ ਦਾ ਹੋ ਚੁੱਕਿਆ, ਕਈ ਵੇਟ ਕਰ ਰਹੇ ਨੇ। ਅਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਮਿਲਾਉਣਾ ਚਾਹੂੰਗੀ ਅਸ਼ਮਪ੍ਰੀਤ ਜੀ ਨਾਲ, ਕਿ ਉਹਨਾਂ ਨੂੰ ਕਿੱਦਾਂ ਦਾ ਲੱਗ ਰਿਹਾ ਗਰੂਮਿੰਗ ਸੈਸ਼ਨ ਅਟੈਂਡ ਕਰਕੇ, ਕਿਸ ਤਰ੍ਹਾਂ ਦਾ ਫੀਲ ਹੋ ਰਿਹਾ, ਕੀ ਸੋਚਿਆ ਸੀ ਔਰ ਕਿਸ ਤਰ੍ਹਾਂ ਦਾ ਲੱਗ ਰਿਹਾ, ਕਿ ਕਿਵੇਂ ਦਾ ਚੱਲ ਰਿਹਾ ਤੁਹਾਡਾ ਗਰੂਮਿੰਗ ਸੈਸ਼ਨ? ਪਹਿਲਾਂ ਤਾਂ ਸਾਰਿਆਂ ਨੂੰ ਪਹਿਲਾਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਸੀਂ ਬਿਲਕੁਲ ਵੀ ਇੰਨਾ ਜ਼ਿਆਦਾ ਅੱਛਾ, ਮਤਲਬ ਬਿਲਕੁਲ ਵੀ ਨਹੀਂ ਮੈਮ ਸੋਚਿਆ ਸੀਗਾ ਕਿ ਗਰੂਮਿੰਗ ਸੈਸ਼ਨ ਸਾਡਾ ਇੰਨਾ ਵਧੀਆ ਜਾਏਗਾ। ਬਹੁਤ ਜ਼ਿਆਦਾ ਇੰਜੋਏ ਕਰ ਰਹੇ ਹਾਂ। ਕੱਲ੍ਹ ਜਿੱਦਾਂ ਤੁਸੀਂ ਸਾਡਾ ਵੈਲਕਮ ਕੀਤਾ ਹੈ ਨਾ, ਮਤਲਬ ਆਊਟ ਆਫ ਸਾਡੀ ਥਿੰਕਿੰਗ ਸੀਗਾ, ਬਹੁਤ ਹੀ ਜ਼ਿਆਦਾ ਸਾਨੂੰ ਸਪੈਸ਼ਲ ਫੀਲ ਕਰਵਾਇਆ। ਐਂਡ ਜਿੱਦਾਂ ਰੈਂਪ ਟ੍ਰੇਨਿੰਗ ਹੋਈ ਉਹ ਵੀ ਬਹੁਤ ਜ਼ਿਆਦਾ ਵਧੀਆ ਸੀਗੀ। ਐਂਡ ਅੱਜ ਜਿਹੜੀ ਫੋਟੋ ਸ਼ੂਟ ਹੋ ਰਹੀ ਹੈ ਉਹਦੇ ਵਿੱਚ ਵੀ ਅਸੀਂ ਸਾਰੇ ਬਹੁਤ ਇੰਜੋਏ ਕਰਦੇ ਹਾਂ, ਨਵੇਂ ਫਰੈਂਡਸ ਮਿਲੇ ਨੇ ਹੈ ਨਾ, ਉਹਨਾਂ ਦੇ ਨਾਲ ਬਹੁਤ ਅੱਛਾ ਲੱਗ ਰਿਹਾ ਹੈ। ਸਾਰੇ ਜਿਹੜੇ ਮਤਲਬ ਤੁਸੀਂ ਸਾਰੇ ਜੱਜਿਸ ਹੋ ਜਾਂ ਹੈ ਨਾ ਕਰੂ ਮੈਂਬਰਸ ਹੋ, ਉਹ ਬਹੁਤ ਅੱਛੀ ਤਰ੍ਹਾਂ ਸਾਡਾ ਧਿਆਨ ਰੱਖ ਰਹੇ ਨੇ। ਓਕੇ, ਅੱਛਾ ਅੱਛਾ, ਕਈ ਲੋਕਾਂ ਦਾ ਕਹਿਣਾ ਹੈ, ਮਤਲਬ ਕਈ ਲੋਕ ਬੈਕ ਬਾਈਟਿੰਗ ਜਿੱਦਾਂ ਕਰਦੇ ਨੇ, ਕਿਉਂਕਿ ਜਦੋਂ ਵੀ ਕੋਈ ਇਨਸਾਨ ਤਰੱਕੀ ਕਰਦਾ ਜਾਂ ਕੋਈ ਇੱਕ ਸ਼ੋਅ ਤਰੱਕੀ ਕਰਦਾ ਤਾਂ ਕੁਛ ਲੋਕ ਹੁੰਦੇ ਨੇ ਜਿਹੜੇ ਮਤਲਬ ਪਿੱਠ ਪਿੱਛੇ ਗੱਲਾਂ ਕਰਦੇ ਨੇ ਹੈ, ਕੁਛ ਨਾ ਕੁਛ ਗੱਲਾਂ ਬਣਾਉਂਦੇ ਨੇ ਕਿ ਇਹ ਸ਼ੋਅ ਇੱਦਾਂ ਜਾਂ ਉੱਦਾਂ। ਅੱਛਾ, ਮੈਨੂੰ ਦੱਸੋ ਤੁਹਾਡੇ ਕੋਲ ਗਰੂਮਿੰਗ ਦਾ ਕੁਛ ਐਕਸਟਰਾ ਚਾਰਜ ਕੀਤਾ ਅਸੀਂ? ਨਹੀਂ ਮੈਮ, ਬਿਲਕੁਲ ਵੀ ਨਹੀਂ, ਬਿਲਕੁਲ। ਹਾਂਜੀ ਜ਼ਰੂਰ, ਅਸੀਂ ਵੀ ਇਹ ਰਿਊਮਰ ਸੁਣੇ ਸੀਗੇ, ਕੁਛ ਗੱਲਾਂ ਲੋਕ ਜ਼ਰੂਰ ਕਰਦੇ ਨੇ, ਬਟ ਮੈਂ ਇਹ ਕਹਿਣਾ ਚਾਹੂੰਗੀ ਬਿਲਕੁਲ ਵੀ ਸਾਡੇ ਤੋਂ ਕਿਸੇ ਵੀ ਚੀਜ਼ ਦਾ ਐਕਸਟਰਾ ਕੁਛ ਵੀ ਨਹੀਂ ਪੇ ਕੀਤਾ ਗਿਆ। ਅਤੇ ਉਸ ਤੋਂ ਇਲਾਵਾ ਵੀ ਸਾਨੂੰ ਬਹੁਤ ਚੀਜ਼ਾਂ ਵੀ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ, ਉਦੋਂ ਉਹਦੇ ਲਈ ਵੀ ਸਾਡੇ ਤੋਂ ਕੁਛ ਵੀ ਚਾਰਜ ਨਹੀਂ ਕੀਤਾ ਗਿਆ। ਮਤਲਬ ਮੈਂ ਇਹ ਗੱਲ ਇੱਥੇ ਨਾਲ ਹੀ ਇਹਨਾਂ ਦੇ ਕਹਿਣਾ ਚਾਹੂੰਗੀ, ਕਿਉਂਕਿ ਸੱਚੇ ਵਿੱਚ ਮੈਨੂੰ ਵੀ ਬਹੁਤ ਸਾਰੀ ਕੁਐਰੀਜ਼ ਆਉਂਦੀਆਂ ਨੇ ਕਿ ਅੱਛਾ ਫਿਨਾਲੇ ਤੋਂ ਬਾਅਦ ਜਦੋਂ ਫਿਨਾਲੇ 'ਚ ਆ ਜਾਂਦੇ ਆ ਉਦੋਂ ਇੰਨੇ ਪੈਸੇ ਚਾਰਜ ਕੀਤੇ ਜਾਂਦੇ ਆ। ਇੰਨੇ ਤੋਂ ਤੁਹਾਡੇ ਸਾਹਮਣੇ ਹੀ ਮੈਂ ਆਪਣੇ ਪਾਰਟੀਸਪੈਂਟ ਲਈ ਪੁੱਛ ਲਿਆ ਕਿ ਉਹਨਾਂ ਤੋਂ ਚਾਰਜ ਕੀਤਾ ਗਿਆ ਕਿ ਨਹੀਂ ਕੀਤਾ ਗਿਆ। ਦੇਖੋ, ਰੈਡੀਸਨ ਦੇ ਵਿੱਚ ਅਸੀਂ ਗਰੂਮਿੰਗ ਸੈਸ਼ਨ ਕਰਵਾ ਰਹੇ ਹਾਂ ਔਰ ਇਹਨਾਂ ਨੂੰ ਅੱਛਾ, ਜਦੋਂ ਆਉਂਦੇ ਨੇ ਇਹਨਾਂ ਨੂੰ ਅੱਛਾ ਬ੍ਰੇਕਫਾਸਟ ਮਿਲ ਰਿਹਾ, ਲੰਚ ਮਿਲ ਰਿਹਾ, ਮਤਲਬ ਕਿੰਨਾ ਸਾਰੀਆਂ ਚੀਜ਼ਾਂ ਪ੍ਰੋਵਾਈਡ ਕੀਤੀਆਂ ਜਾ ਰਹੀਆਂ। ਅਤੇ ਓਬਵੀਅਸਲੀ ਇਹਨਾਂ ਚੀਜ਼ਾਂ 'ਤੇ ਪੈਸਾ ਲੱਗਦਾ, ਬਟ ਅਸੀਂ ਆਪਣੇ ਪਾਰਟੀਸਪੈਂਟਸ ਤੋਂ ਨਹੀਂ ਲੈ ਰਹੇ, ਇਹ ਸ਼ੋਅ ਦੀ ਹੀ ਇੱਕ ਦੇਣ ਹੈ। ਥੈਂਕਸ ਕਰਦੇ ਹਾਂ ਅਸੀਂ 9 to 9 ਐਂਟਰਟੇਨਮੈਂਟ ਦੇ ਪਰਮਿੰਦਰ ਸਰ ਦਾ, ਜੋ ਕਿ ਇੰਨਾ ਵਧੀਆ ਸ਼ੋਅ ਕਰਾ ਰਹੇ ਨੇ। ਹੁਣ ਇਸ ਤੋਂ ਬਾਅਦ ਮੈਂ ਜਾਊਂਗੀ ਸਾਡੇ ਮਿਸਿਸ ਪਟਿਆਲਾ ਕੋਮਲ ਸੰਧੂ ਜੀ ਕੋਲ, ਉਹਨਾਂ ਨੂੰ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਗਰੂਮਿੰਗ ਸੈਸ਼ਨ 'ਚ ਆ ਕੇ, ਕਿੱਦਾਂ ਦਾ ਲੱਗ ਰਿਹਾ, ਕਿੱਦਾਂ ਦਾ ਫੀਲ ਹੋ ਰਿਹਾ? ਮੈਮ ਮੈਨੂੰ ਬਹੁਤ ਵਧੀਆ ਲੱਗ ਰਿਹਾ, ਜਿਵੇਂ ਕੱਲ੍ਹ ਸਾਡਾ ਪਹਿਲਾ ਦਿਨ ਸੀਗਾ ਗਰੂਮਿੰਗ ਸੈਸ਼ਨ ਦਾ, ਕਿਰਤੀ ਮੈਮ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਮੈਮ ਨੇ ਸਾਨੂੰ ਕੈਟ ਵਾਕ ਕਰਵਾਈ ਪ੍ਰੋਪਰ, ਅਤੇ ਈਵਨ ਉਹਨਾਂ ਨੇ ਸਾਨੂੰ ਪਰਸਨੈਲਿਟੀ ਡਿਵੈਲਪਮੈਂਟ ਦੇ ਵੀ ਕਈ ਟਿਪਸ ਦਿੱਤੇ ਆ, ਜਿਹੜੇ ਕਿ ਮੈਨੂੰ ਲੱਗਦਾ ਕਿ ਫਿਊਚਰ 'ਚ ਜ਼ਰੂਰ ਗਰੂਮਿੰਗ ਸਾਨੂੰ ਹੈਲਪ ਕਰਨਗੇ। ਬਾਕੀ ਇੱਥੇ ਆ ਕੇ ਕੋਨਫੀਡੈਂਸ ਵੀ ਬਹੁਤ ਬੂਸਟ ਹੋ ਰਿਹਾ ਮੇਰਾ, ਅਤੇ ਮੈਨੂੰ ਲੱਗਦਾ ਕਿ ਇਹ ਅੱਛਾ ਪਲੈਟਫਾਰਮ ਹੈ ਅਤੇ ਕੋਈ ਪੈਸੇ ਵੀ ਨਹੀਂ ਚਾਰਜ ਕਰ ਰਹੇ ਜਿਵੇਂ ਐਕਸਟਰਾ, ਅਤੇ ਸਭ ਫੇਅਰ ਹੋ ਰਿਹਾ ਜੋ ਵੀ ਹੋ ਰਿਹਾ, ਅਤੇ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਇੱਥੇ। ਅਤੇ ਅੱਜ ਤੁਸੀਂ ਲਾਈਕ ਕਿੱਦਾਂ ਫੀਲ ਕਰ ਰਹੇ ਹੋ ਕਿ ਘਰ ਤੋਂ ਨਿਕਲ ਕੇ ਅਸੀਂ ਜਿਹੜੇ ਆ 5 ਦਿਨ ਤੁਸੀਂ ਇੱਥੇ ਸਪੈਂਡ ਕਰ ਰਹੇ ਹੋ, ਕਿਸ ਤਰ੍ਹਾਂ ਦਾ ਲੱਗ ਰਿਹਾ? ਬਾਕੀਆਂ ਤੋਂ ਕਿਸ ਤਰ੍ਹਾਂ ਅਲੱਗ ਫੀਲ ਕਰ ਰਹੇ ਹੋ? ਜਿਹੜੀਆਂ ਲੇਡੀਜ਼ ਘਰ ਬੈਠੀਆਂ ਨੇ, ਟੈਲੈਂਟ ਉਹਨਾਂ 'ਚ ਵੀ ਹੈਗਾ, ਬਟ ਕਿਤੇ ਨਾ ਕਿਤੇ ਪਰਿਵਾਰ ਦੀ ਸਪੋਰਟ ਨਾ ਮਿਲਣ ਕਰਕੇ ਇੱਥੇ ਤੱਕ ਨਹੀਂ ਪਹੁੰਚ ਪਾਈਆਂ, ਤੁਹਾਨੂੰ ਕਿੱਦਾਂ ਦਾ ਫੀਲ ਹੋ ਰਿਹਾ ਉਹਨਾਂ ਨਾਲੋਂ ਅਲੱਗ, ਜਾਂ ਪਹਿਲਾਂ ਜਿਸ ਤਰ੍ਹਾਂ ਘਰ ਵਾਲੀ ਲਾਈਫ ਚੱਲ ਰਹੀ ਸੀ ਫਿਰ ਤੁਸੀਂ ਹੁਣ ਇੱਥੇ ਆਏ ਹੋ, ਤਾਂ ਕਿੱਦਾਂ ਦਾ ਲੱਗ ਰਿਹਾ? ਮੈਮ ਮੈਨੂੰ ਤਾਂ ਐਵੇਂ ਲੱਗ ਰਿਹਾ ਮੈਂ ਸੱਤਵੇਂ ਆਸਮਾਨ 'ਤੇ ਹਾਂ, ਬਿਕੋਜ਼ ਦੇਖੋ 5 ਦਿਨ ਮਿਲੇ ਹਨ ਕਿ ਬਿਲਕੁਲ ਘਰਦੇ ਟੈਨਸ਼ਨਸ ਤੋਂ ਫਰੀ ਹੋ ਕੇ ਰੋਜ਼ ਡੇਲੀ ਸੱਜ ਸਵਰ ਕੇ ਆਪਣੇ ਆਪ ਨੂੰ ਗਰੂਮ ਕਰਨ ਦਾ ਮੌਕਾ ਮਿਲ ਰਿਹਾ, ਔਰ ਇੱਥੇ ਕੋਈ ਟੈਨਸ਼ਨ ਨਹੀਂ ਹੈ, ਅਸੀਂ ਜਿਵੇਂ ਫਰੀ ਬਰਡਸ ਵਾਂਗ ਆਪਣੇ ਲਾਈਫ ਜੀ ਰਹੇ ਹਾਂ, ਅਤੇ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ। ਅਤੇ ਸਭ ਤੋਂ ਵਧੀਆ ਗੱਲ ਤਾਂ ਇਹ ਹੈ ਕਿ ਕੋਨਫੀਡੈਂਸ ਬੂਸਟ ਹੋ ਰਿਹਾ, ਨਵੇਂ ਨਵੇਂ ਚੈਲੇਂਜਸ ਮਿਲ ਰਹੇ ਹਨ, ਨਵੇਂ ਨਵੇਂ ਫਰੈਂਡਸ ਮਿਲ ਰਹੇ ਹਨ, ਔਰ ਮੈਂਟੋਰ ਨੇ ਅੱਛੇ ਕਿ ਹਰ ਇੱਕ ਕਿਸੇ ਤੋਂ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ। ਚਲੋ, ਖੁਸ਼ਬੂ ਆਲ ਦੀ ਵੇਸ ਤੁਹਾਨੂੰ ਫਿਨਾਲੇ ਦੇ ਲਈ, ਰੱਬ ਕਰੇ ਤੁਸੀਂ ਜੋ ਵੀ ਆਪਣੇ ਡ੍ਰੀਮਸ ਲੈ ਕੇ ਆਏ ਹੋ ਮਿਸਿਸ ਪੰਜਾਬ ਦੇ ਵਿੱਚ ਉਹ ਸਾਰੇ ਪੂਰੇ ਹੋਣ। ਥੈਂਕ ਯੂ ਸੋ ਮਚ। ਅਤੇ ਇਸ ਤੋਂ ਬਾਅਦ ਨਾਲ ਹੀ ਮੈਂ ਚੱਲਾਂਗੀ ਪ੍ਰਿਯੰਕਾ ਕੋਲ, ਜੋ ਕਿ ਨੇ ਮਿਸਿਸ ਅੰਬਾਲਾ, ਅਤੇ ਉਹਨਾਂ ਦੇ ਵੀ ਆਪਾਂ ਕਿਉਂਕਿ ਕੈਨੇਡਾ ਤੋਂ ਵੀ ਨੇ, ਅਤੇ ਉਹਨਾਂ ਦਾ ਲਾਈਕ ਦੇਖੋ ਸਪੈਸ਼ਲੀ ਸ਼ੋਅ ਦੇ ਲਈ ਉਹਨਾਂ ਨੇ ਇੱਥੇ ਸਟੇ ਕੀਤਾ, ਔਰ ਜੋ ਵੀ ਫਿਊਚਰ 'ਚ ਇਹਨਾਂ ਨੇ ਕਮਿਟਮੈਂਟਸ ਕੀਤੀਆਂ ਕਿ ਸ਼ੋਅ ਦੇ ਲਈ ਮੇਰੀ ਜੋ ਰਿਸਪੋਂਸਿਬਿਲਿਟੀਜ਼ ਬਣਨਗੀਆਂ ਮੈਂ ਫਿਊਚਰ ਦੇ ਵਿੱਚ ਪੂਰੀ ਕਰਾਂਗੀ, ਚਾਹੇ ਮੈਂ ਕੈਨੇਡਾ ਦੇ ਵਿੱਚ ਹਾਂ ਅਤੇ ਮੈਂ ਕੈਨੇਡਾ ਵਿੱਚ ਰਹਿੰਦੀ ਹੋਈ ਵੀ ਮੈਂ ਮਿਸਿਸ ਪੰਜਾਬ ਦੇ ਸ਼ੋਅ ਨੂੰ ਸਪੋਰਟ ਕਰਾਂਗੀ। ਹਾਂਜੀ ਪ੍ਰਿਯੰਕਾ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪਹਿਲੀ ਗੱਲ ਤਾਂ ਮੈਂ ਬਹੁਤ ਬੈਸਟ ਫੀਲ ਕਰਦੀ ਹਾਂ, ਮੈਂ ਇੱਥੇ ਜਿਹੜੀ ਗੱਲ ਸੋਚ ਕੇ ਆਈ ਸੀ ਮੈਂ ਕੈਨੇਡਾ ਤੋਂ ਆਈ ਹਾਂ, ਅਤੇ ਉਹ ਮੇਰਾ ਬੈਸਟ ਡਿਸੀਜਨ ਸੀਗਾ। ਫਸਟ ਡੇ ਤੋਂ ਇੰਨੀ ਚੰਗਾ ਐਕਸਪੀਰੀਅੰਸ ਰਿਹਾ, ਬਹੁਤ ਵਧੀਆ ਲੋਕ ਮਿਲੇ, ਇੰਨਾ ਪਿਆਰ, ਇੰਨੀ ਸਪੋਰਟ, ਮੈਨੂੰ ਨਹੀਂ ਲੱਗ
ਇੱਥੇ ਸਾਨੂੰ ਰੱਖ ਰਹੇ ਹਾਂ ਪੰਜ ਦਿਨ ਲਈ, ਸਾਨੂੰ ਇੰਨੀ ਅੱਛੇ ਕਲਾਸਿਸ, ਇੰਨੇ ਅੱਛੇ ਪ੍ਰੋਫੈਸ਼ਨਲ ਦਿੱਤੇ ਜਾ ਰਹੇ ਹੈ, ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ। ਹਰ ਕੁੜੀ ਸ਼ੀਸ਼ੇ ਮੂਹਰੇ ਖੜ ਕੇ ਦੇਖਦੀ ਹੈ ਮੈਂ ਇੱਕ ਕੁਈਨ ਹੈ, ਅਤੇ ਉਹ ਕੁਈਨ ਹੋਣ ਦਾ ਅਹਿਸਾਸ ਸਾਨੂੰ ਅੱਜ ਮਿਸਿਸ ਪੰਜਾਬ ਦੇ ਸ਼ੋਅ ਨੇ ਦਿੱਤਾ। ਥੈਂਕ ਯੂ ਜੀ, ਰੱਬ ਕਰੇ ਤੁਹਾਡੀ ਸਾਰੀਆਂ ਜੋ ਵੀ ਤੁਸੀਂ ਵਿਸ਼ਿਸ਼ ਲੈ ਕੇ ਆਏ ਹੋ ਸਾਰੀਆਂ ਪੂਰੀਆਂ ਹੋਣ, ਅਤੇ ਸਾਡੇ ਸ਼ੋਅ ਨੂੰ ਤੁਸੀਂ, ਮਤਲਬ ਮੈਂ ਇੱਕ ਫਿਊਚਰ ਦੇਖ ਪਾ ਰਹੀ ਹਾਂ ਆਪਣੇ ਸ਼ੋਅ ਦਾ ਤੁਹਾਡੇ ਜ਼ਰੀਏ। ਤੁਸੀਂ ਪੰਜਾਬ ਦੇ ਵਿੱਚ ਵੀ ਸਾਡੇ ਸ਼ੋਅ ਨੂੰ ਸਪੋਰਟ ਕਰਨਾ, ਅਤੇ ਅਸੀਂ ਕੈਨੇਡਾ ਦੇ ਵਿੱਚ ਵੀ ਆਪਣੇ ਮਿਸਿਸ ਪੰਜਾਬ ਨੂੰ ਅੱਗੇ ਲੈ ਕੇ ਆਈਏ, ਅਤੇ ਇੱਕ ਮੈਂ ਉਹ ਦੇਖ ਪਾ ਰਹੀ ਹਾਂ ਤੁਹਾਡੇ ਜ਼ਰੀਏ ਉਹ ਚੀਜ਼ ਨੂੰ ਕਿ ਅਸੀਂ ਕੈਨੇਡਾ ਦੇ ਵਿੱਚ ਵੀ ਅਸੀਂ ਬਹੁਤ ਸੋਚ ਰਹੇ ਹਾਂ ਕਿ ਅਸੀਂ ਕਰਵਾਵਾਂਗੇ, ਹੈ ਨਾ, ਇੰਟਰਨੈਸ਼ਨਲ ਲੈਵਲ 'ਤੇ ਵੀ ਆਪਣੇ ਸ਼ੋਅ ਨੂੰ ਲੈ ਕੇ ਜਾਵਾਂਗੇ। ਬਟ ਮੈਨੂੰ ਲੱਗ ਰਿਹਾ ਕਿ ਹੁਣ ਅਸੀਂ ਪਹਿਲੀ ਪੌੜੀ ਪੈਰ ਰੱਖ ਚੁੱਕੇ ਆ। ਮੇਰੇ ਉੱਥੇ ਬਹੁਤ ਫਰੈਂਡ ਸੀ ਕੈਨੇਡਾ ਤੋਂ ਜੋ ਕਿ ਆਉਣਾ ਚਾਹੁੰਦੇ ਸੀ ਸ਼ੋਅ ਦੇ ਵਿੱਚ, ਅਤੇ ਅੱਜ ਮੈਂ ਉਹ ਸਾਰੇ ਵੱਲੋਂ, ਮੈਨੂੰ ਲੱਗ ਰਿਹਾ ਮੈਂ ਕੈਨੇਡਾ ਦੇ ਪੰਜਾਬੀਆਂ ਨੂੰ ਰੀਪ੍ਰੈਜੈਂਟ ਕਰ ਰਹੀ ਹਾਂ। ਬਿਲਕੁਲ, ਅਤੇ ਉਹਨਾਂ ਦਾ ਕੀ ਕਹਿਣਾ ਵੈਸੇ, ਮਤਲਬ ਲਾਈਕ ਕਿੱਦਾਂ ਦਾ ਸ਼ੋਅ ਜਾ ਰਿਹਾ? ਮੈਂ ਹਰ ਚੀਜ਼ ਨੂੰ ਸ਼ੇਅਰ ਕਰਦੀ ਹਾਂ, ਔਰ ਉਹਨਾਂ ਵਿੱਚ ਇੰਨਾ ਕੁ ਜਜ਼ਬਾ ਵਧਿਆ ਹੋਇਆ ਵੀ ਸੀਜ਼ਨ 6 ਵਿੱਚ ਅਸੀਂ ਸਾਰੇ ਆਉਣਾ, ਬਹੁਤ ਜ਼ਿਆਦਾ ਖੁਸ਼ ਨੇ, ਅਤੇ ਮੈਨੂੰ ਲੱਗਦਾ ਨੈਕਸਟ ਟਾਈਮ ਇਸ ਤੋਂ ਵੀ ਜ਼ਿਆਦਾ ਪਾਰਟੀਸਪੈਂਟਸ ਆਉਣਗੇ, ਅਤੇ ਸ਼ੋਅ ਬਹੁਤ ਬਹੁਤ ਤਰੱਕੀ ਕਰੂਗਾ। ਮੈਂ ਜ਼ਰੂਰ ਕਹੂੰਗੀ ਪਰਮਿੰਦਰ ਸਰ ਨੂੰ ਕਿ ਅਸੀਂ ਜਿਹੜੀ ਨੈਕਸਟ ਟਾਈਮ ਸਾਡੀ ਰਜਿਸਟ੍ਰੇਸ਼ਨ ਆ, ਅਸੀਂ ਪੂਰੇ ਵਰਲਡ ਲਈ ਖੋਲੀਏ, ਨਾ ਕਿ ਇਕੱਲਾ ਸਿਰਫ ਪੰਜਾਬ ਲਈ ਖੋਲੀਏ। ਪਹਿਲਾਂ ਤਾਂ ਅਸੀਂ ਅੰਬਾਲਾ 'ਚ ਵੀ ਐਂਟਰ ਕਰ ਗਏ ਸੀ ਪੰਜਾਬ ਤੋਂ ਬਾਹਰ, ਅਤੇ ਹੁਣ ਅਗਲਾ ਜਿਹੜਾ ਸੀਜ਼ਨ ਅਸੀਂ ਕੋਸ਼ਿਸ਼ ਕਰਾਂਗੇ ਕਿ ਐਂਟਰੀਜ਼ ਜਿਹੜੀਆਂ ਨੇ ਉਹ ਜਿੰਨੀਆਂ ਵੀ ਪੂਰੇ ਦੁਨੀਆ ਦੇ ਵਿੱਚ ਪੰਜਾਬਣਾਂ ਵੱਸਦੀਆਂ ਨੇ ਉਹਨਾਂ ਦੇ ਲਈ ਕੁਛ ਨਾ ਕੁਛ ਨਵਾਂ ਲੈ ਕੇ ਆਈਏ। ਅਤੇ ਹੁਣ ਇਸ ਦੇ ਨਾਲ ਹੀ ਮੈਨੂੰ ਇੱਕ ਡਰੈਸਅਪ ਬਹੁਤ ਚੰਗਾ ਲੱਗ ਰਿਹਾ, ਮੈਂ ਕੰਪਲੀਮੈਂਟ 2-3 ਵਾਰ ਦੇ ਚੁੱਕੀ ਹਾਂ। ਮੈਨੂੰ ਨਾਮ, ਕਿਉਂਕਿ ਹਾਲੇ ਅਸੀਂ ਕੱਲ੍ਹ ਹੀ ਸਾਰੇ ਜਣੇ ਦੁਬਾਰਾ ਮਿਲੇ ਹਾਂ, ਇੰਨੇ ਜ਼ਿਆਦਾ ਮੈਨੂੰ ਨਾਮ ਹਾਲੇ ਸਾਰਿਆਂ ਦੇ ਯਾਦ ਨਹੀਂ ਹੋਏ, ਗਗਨ, ਅਤੇ ਬਹੁਤ ਅੱਛਾ ਲੁੱਕ ਲੱਗ ਰਿਹਾ ਹੈ। ਬੰਗਾਲੀ ਸਟਾਈਲ 'ਤੇ ਅਸੀਂ ਮਜ਼ਾਕ ਕਰ ਰਹੇ ਸੀ ਇਹਨਾਂ ਨੂੰ ਕਿ ਲੱਗਦਾ ਤੁਸੀਂ ਕਿਤੇ ਗਲਤ ਜਗ੍ਹਾ 'ਤੇ ਆ ਗਏ ਕਿ ਇੱਥੇ ਸ਼ਾਦੀ ਨਹੀਂ ਹੈ, ਪਰ ਉਹਨਾਂ ਦਾ ਫੋਟੋ ਸ਼ੂਟ ਕਰਵਾਉਣ ਦਾ ਇਹ ਅੱਜ ਦਾ ਡਰੈਸ ਹੈ। ਕਿੱਦਾਂ ਦਾ ਫੀਲ ਕਰ ਰਹੇ ਹੋ ਗਗਨ ਤੁਸੀਂ? ਮੈਮ, ਮੈਨੂੰ ਬੜਾ ਹੀ ਚੰਗਾ ਲੱਗ ਰਿਹਾ, ਜਿਵੇਂ ਅਸੀਂ ਆਪਣੀ ਅਨਮੈਰਿਡ ਹੁੰਦੇ ਹੋਏ ਕਾਲਜ ਲਾਈਫ ਗੁਜ਼ਾਰੀ ਸੀ, ਉੱਦਾਂ ਫੀਲ ਹੋ ਰਿਹਾ ਕਿ ਉੱਦਾਂ ਦੇ ਦਿਨ ਵਾਪਸ ਆ ਗਏ ਨੇ ਸਾਡੀ ਜ਼ਿੰਦਗੀ 'ਚ, ਅਤੇ ਸਾਰੇ ਮਿਸਿਸ ਪੰਜਾਬ ਸ਼ੋਅ ਦੇ ਕਰਕੇ ਹੋਏ ਆ ਜੀ। ਸਰ ਨੇ ਮੇਰੀ ਮੈਰਿਡ ਲੇਡੀਜ਼ ਲਈ ਇਹ ਪਲੈਟਫਾਰਮ ਖੋਲ੍ਹਿਆ, ਤਾਂ ਸਾਨੂੰ ਮੌਕਾ ਮਿਲਿਆ ਕਿ ਅਸੀਂ ਆ ਕੇ ਆਪਣਾ ਟੈਲੈਂਟ ਦਿਖਾਈਏ, ਅਤੇ ਮੈਂ ਇੱਕ ਪਿੰਡ 'ਚੋਂ ਆਈ ਹਾਂ, ਪਿੰਡ ਦੀ ਲੇਡੀਜ਼ ਨੂੰ ਵੀ ਮੈਂ ਮੈਸੇਜ ਦੇਣਾ ਚਾਹਾਂਗੀ ਕਿ ਪਲੀਜ਼ ਅੱਗੇ ਆਓ ਅਤੇ ਆਪਣੇ ਹੁਨਰ ਨੂੰ ਸਭ ਨਾਲ ਸਾਂਝਾ ਕਰੋ। ਬੜੇ ਵਧੀਆ ਫੀਲਿੰਗ ਹੋ ਰਹੀ ਆ, 5 ਦਿਨ ਇੱਥੇ ਸਾਨੂੰ ਰੱਖਣਾ ਹੈ, ਅਤੇ ਬੜੀ ਵਧੀਆ ਇਹਨਾਂ ਨੇ ਸਾਡੀ, ਮਤਲਬ ਕਿ ਐਂਟਰੀ ਵੀ ਇੱਦਾਂ ਲੱਗ ਰਿਹਾ ਕਿ ਜਿਵੇਂ ਅਸੀਂ ਕੋਈ ਸੈਲੈਬ੍ਰਿਟੀ ਹੋਵਾਂ, ਬੜੀ ਚੰਗੀ ਫੀਲਿੰਗ ਆ ਰਹੀ ਆ। ਐਕਚੁਅਲ ਦੇ ਵਿੱਚ ਜਿਹੜਾ ਇਹ ਸਟਾਰਟ ਹੋ ਗਿਆ ਨਾ, ਇੱਕ ਲਾਈਕ ਸੈਲੀਬ੍ਰਿਟੀ ਜ਼ੋਨ ਦੇ ਵਿੱਚ ਆਉਣ ਲਈ ਤੁਸੀਂ ਐਂਟਰੀ ਕਰ ਚੁੱਕੇ ਹੋ। ਹਾਂਜੀ, ਜਦੋਂ ਤੁਸੀਂ ਸੈਮੀਫਾਈਨਲ ਤੋਂ ਫਾਈਨਲਿਸਟ ਵਾਲੇ, ਜਦੋਂ ਤੁਸੀਂ ਮਿਸਿਸ ਪੰਜਾਬ ਦੇ ਵਿੱਚ ਹੀ ਆ ਗਏ ਨਾ, ਤੁਸੀਂ ਉਸ ਜ਼ੋਨ ਦੇ ਵਿੱਚ ਐਂਟਰ ਕਰ ਜਾਂਦੇ ਹੋ, ਅਤੇ ਉਸ ਤੋਂ ਬਾਅਦ ਬਸ ਤੁਸੀਂ ਅਗਲਾ ਲੈਵਲ ਤੁਸੀਂ ਅਚੀਵ ਕਰਨਾ ਹੁੰਦਾ। ਅੱਛਾ ਗਗਨ, ਮੈਨੂੰ ਇੱਕ ਗੱਲ ਦੱਸੋ, ਸੈਮੀਫਾਈਨਲ 'ਚ ਜਿਹੜੀ ਤੁਸੀਂ ਰੈਂਪ ਵਾਕ ਕੀਤੀ ਸੀਗੀ, ਹੈ ਨਾ, ਅਤੇ ਉਹਦੇ ਨਾਲੋਂ, ਅਤੇ ਜਿਹੜੀ ਤੁਸੀਂ ਕੱਲ੍ਹ ਅਪਰਾਜਿਤਾ ਸ਼ਰਮਾ ਮੈਮ ਤੋਂ ਸਿੱਖੀ ਹੈ, ਕੀ ਡਿਫਰੈਂਸ ਲੱਗ ਰਿਹਾ ਕਿ ਆਪਾਂ ਪਰਫੈਕਟਲੀ ਵਾਕ ਕਰ ਰਹੇ ਸੀਗੇ, ਕੁਛ ਪਤਾ ਹੀ ਨਹੀਂ ਸੀ ਕੱਲ੍ਹ ਸਾਨੂੰ ਪਤਾ ਚੱਲਿਆ ਕਿਸ ਤਰ੍ਹਾਂ ਵਾਕ ਕਰਨੀ? ਨਹੀਂ ਮੈਮ, ਉਹ ਤਾਂ ਸਾਨੂੰ ਕੁਝ ਪਤਾ ਹੀ ਨਹੀਂ ਸੀ, ਇੱਦਾਂ ਲੱਗ ਰਿਹਾ ਜਿਵੇਂ ਮੈਮ ਨੇ ਸਾਨੂੰ ਇੰਨੇ, ਮਤਲਬ ਕਿ ਛੋਟੀਆਂ ਛੋਟੀਆਂ ਗੱਲਾਂ ਆਪਣੇ ਆਪ ਨੂੰ ਪ੍ਰੈਜੈਂਟ ਕਰਨ ਲਈ ਦੱਸੀਆਂ, ਮਤਲਬ ਕਿ ਕਿਵੇਂ ਤੁਰਨਾ, ਲਾਈਕ ਤੁਸੀਂ ਲੇਡੀ ਹੋ, ਆਪਣੇ ਮਤਲਬ ਫਿਗਰ ਵਗੈਰਾ ਮੇਨਟੇਨ ਕਰਨਾ, ਸਾਰਾ ਕੁਝ ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਦੱਸਿਆ। ਸਾਨੂੰ ਲੱਗਦਾ ਸੀ ਕਿ ਰੈਂਪ ਵਾਕ ਹੈ ਬਸ ਤੁਰ ਪਓ ਅਤੇ ਖਤਮ, ਨਹੀਂ, ਬੜਾ ਹੀ ਮਤਲਬ ਕਿ ਸੰਘਰਸ਼ ਕਰਨਾ ਪੈਂਦਾ ਇਹਦੇ ਨਾਲ ਵੀ, ਬਟ ਬੜਾ ਹੀ ਵਧੀਆ ਲੱਗਿਆ। ਫੋਟੋ ਸ਼ੂਟ ਹੋ ਗਿਆ ਕਿ ਹਲੇ ਹੁਣ? ਨਹੀਂ ਮੈਮ, ਹਲੇ ਹੁਣ। ਤੁਸੀਂ ਆਪਣਾ ਫੋਟੋ ਸ਼ੂਟ, ਮੈਂ ਇੱਕ ਮੈਸੇਜ ਦੇਣਾ ਚਾਹਾਂਗੀ ਸਾਡੇ ਪਿੰਡ ਦੀ ਲੇਡੀਜ਼ ਨੂੰ ਕਿ ਪਲੀਜ਼ ਅੱਗੇ ਆਓ, ਜੇ ਤੁਹਾਡੇ 'ਚ ਕੋਈ ਟੈਲੈਂਟ ਹੈਗਾ ਤਾਂ ਤੁਸੀਂ ਵੀ ਨੈਕਸਟ ਈਅਰ ਪਾਰਟੀਸਪੇਟ ਕਰੋ ਮਿਸਿਸ ਪੰਜਾਬ 'ਚ, ਤੁਹਾਨੂੰ ਪਤਾ ਲੱਗੇਗਾ ਕਿ ਕਿੰਨੀ ਕੁ ਵਧੀਆ ਫੀਲਿੰਗ ਆਉਂਦੀ ਹੈ ਅਤੇ ਕਿੰਨਾ ਕੁ ਹਾਈ ਲੈਵਲ ਹੈ ਸ਼ੋਅ ਦਾ, ਅਤੇ ਮੈਨੂੰ ਬੜਾ ਚੰਗਾ ਲੱਗਿਆ। ਹਾਂ ਬਿਲਕੁਲ, ਮੈਂ ਇੱਥੇ ਇਹਨਾਂ ਦੇ ਨਾਲ ਸਹਿਮਤ ਕਰੂੰਗੀ। ਪਿੰਡਾਂ, ਲੋਕ ਕਈ ਸੋਚਦੇ ਆ ਕਿ ਸ਼ਾਇਦ ਪਿੰਡਾਂ ਤੋਂ ਨੇ ਅਤੇ ਉਹ ਕੁਛ ਕਰ ਨਹੀਂ ਸਕਦੇ ਜਾਂ ਸ਼ਹਿਰਾਂ ਵਾਲੇ ਜ਼ਿਆਦਾ, ਇੱਦਾਂ ਤਾਂ ਕੁਛ ਨਹੀਂ ਹੈ, ਮੈਂ ਸਾਰਿਆਂ ਨੂੰ ਇਕੁਅਲ ਸਮਝਦੀ ਹਾਂ। ਜਿੱਦਾਂ ਇਹਨਾਂ ਨੇ ਕਿਹਾ ਕਿ ਇਹ ਪਿੰਡ ਤੋਂ ਨੇ, ਮੈਂ ਵੀ ਪਿੰਡ ਦੇ ਵਿੱਚ ਹੀ ਜੰਮੀ ਪਲੀ, ਆਪਣੀ ਜ਼ਿੰਦਗੀ ਦੇ 25 ਸਾਲ ਇੱਕ ਪਿੰਡ ਵਿੱਚ ਹੀ ਕੱਢੇ ਨੇ, ਅਤੇ ਮੈਟਰ ਨਹੀਂ ਕਰਦਾ ਤੁਸੀਂ ਕਿੱਥੋਂ, ਮੈਟਰ ਇਹ ਕਰਦਾ ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ। ਵੱਡਾ ਸੋਚੋ, ਵੱਡੇ ਸੁਪਨੇ ਦੇਖੋ, ਪੂਰੇ ਜ਼ਰੂਰ ਹੁੰਦੇ ਨੇ। ਅਤੇ ਇਸ ਦੇ ਨਾਲ ਹੀ ਮੈਂ ਅੱਗੇ ਵਧੂੰਗੀ, ਮਿਸਿਸ ਚੰਡੀਗੜ੍ਹ ਸੁਖਪ੍ਰੀਤ ਜੀ ਵੀ ਖੜ੍ਹੇ ਨੇ ਇੱਥੇ, ਅਤੇ ਸੁਖਪ੍ਰੀਤ ਤੁਸੀਂ ਕੀ ਫੀਲ ਕਰ ਰਹੇ ਹੋ, ਤੁਸੀਂ ਲਾਈਕ ਆਪਣੇ ਆਪ ਨੂੰ ਬਾਕੀ ਲੇਡੀਜ਼ ਤੋਂ ਜਿਹੜੇ ਘਰ ਬੈਠੇ ਨੇ ਉਹਨਾਂ ਤੋਂ ਕਿਸ ਤਰ੍ਹਾਂ ਡਿਫਰੈਂਟ ਫੀਲ ਕਰ ਰਹੇ ਹੋ ਇੱਥੇ ਆ ਕੇ? ਸਤਿ ਸ਼੍ਰੀ ਅਕਾਲ ਜੀ, ਪਹਿਲਾਂ ਤਾਂ ਸਾਰਿਆਂ ਨੂੰ ਮੇਰੇ ਵੱਲੋਂ, ਮੈਨੂੰ ਬਹੁਤ ਵਧੀਆ ਲੱਗ ਰਿਹਾ ਇੱਥੇ ਆ ਕੇ। ਮੈਂ ਮਤਲਬ ਕਦੇ ਸੋਚਿਆ ਨਹੀਂ ਸੀ, ਕਹਿ ਲਓ ਸੁਪਨਾ ਸੀਗਾ ਇੱਕ ਮੇਰਾ, ਸੁਪਨਾ ਸੀਗਾ ਇੱਕ ਮੇਰਾ ਕਿ ਮੈਂ ਜਾਵਾਂ, ਮੈਂ ਉੱਥੇ ਕਰਾਂ, ਬਟ ਅੱਜ ਸੱਚੀ ਸੁਪਨਾ ਪੂਰਾ ਹੋ ਰਿਹਾ। ਥੈਂਕ ਯੂ ਪਰਮਿੰਦਰ ਸਰ ਦਾ, ਹਾਰਦਿਕ ਮੈਮ ਦਾ, ਜਿਨ੍ਹਾਂ ਨੇ ਸਾਡੇ ਸੁਪਨੇ ਪੂਰੇ ਕੀਤੇ। ਅੱਛਾ, ਅਤੇ
ਅੱਛਾ ਚਲੋ ਤੁਸੀਂ ਇੰਜੋਏ ਕਰੋ ਆਪਣਾ ਫੋਟੋਸ਼ੂਟ, ਮਿਲਦੇ ਹਾਂ ਦੁਬਾਰਾ। ਅਤੇ ਇਸ ਦੇ ਨਾਲ ਹੀ ਮੈਂ ਇੱਥੇ ਨਾਲ ਖੜ੍ਹੇ ਨੇ ਮਿਸਿਸ ਪਠਾਨਕੋਟ ਕਵਿਤਾ ਜੀ। ਅਤੇ ਹਾਂਜੀ ਕਵਿਤਾ ਜੀ, ਇਹ ਸਾਡੇ ਮੈਂ ਦੱਸਣਾ ਚਾਹੂੰਗੀ ਕਿ ਲਾਸਟ ਈਅਰ ਦੇ 20 ਸੈਮੀ ਫਾਈਨਲਿਸਟ ਰਹਿ ਚੁੱਕੇ ਨੇ ਇਹਨਾਂ ਨੇ। ਦੇਖੋ ਮੈਂ ਇਹ ਸੀਰੀਅਸਲੀ ਇੱਕ ਟਰੂ ਮੈਸੇਜ ਲੈ ਕੇ ਆਉਂਦੇ ਨੇ ਆਪਣੇ ਨਾਲ ਕਿ ਜਿਹਨਾਂ ਨੇ ਪਾਰਟੀਸਪੇਟ ਕਰ ਲਿਆ ਪਿਛਲੇ ਸਾਲ, ਉਹ ਸੋਚਦੇ ਨੇ ਕਿ ਨਹੀਂ ਬਈ ਹੁਣ ਮੈਂ ਇੱਕ ਵਾਰ ਕਰ ਚੁੱਕੀ ਹਾਂ ਅਤੇ ਮੈਂ ਦੁਬਾਰਾ ਨਹੀਂ ਇਸ ਸ਼ੋਅ ਦੇ ਵਿੱਚ ਆਉਣਾ। ਬਟ ਕਈ ਵਾਰ ਕੀ ਹੁੰਦਾ ਕਿ ਹੋ ਸਕਦਾ ਕੁਝ ਗਲਤੀਆਂ ਰਹਿ ਜਾਂਦੀਆਂ ਅਤੇ ਅਸੀਂ ਉਹਨਾਂ ਨੂੰ ਸੁਧਾਰ ਕੇ ਦੁਬਾਰਾ ਅੱਗੇ ਆ ਸਕਦੇ ਹਾਂ। ਅਤੇ ਇਹ ਇੱਕ ਇਗਜ਼ਾਮਪਲ ਕਵਿਤਾ ਨੇ ਸੈੱਟ ਕੀਤੀ ਹੈ ਕਿ ਪਿਛਲੇ ਸਾਲ ਉਹ ਸੈਮੀ ਫਾਈਨਲਿਸਟ ਤੱਕ ਆਏ ਸੀਗੇ, ਸੈਮੀ ਫਾਈਨਲਿਸਟ ਰਹੇ ਸੀਗੇ, ਅਤੇ ਇਸ ਵਾਰ ਉਹਨਾਂ ਨੇ ਆਪਣੇ ਆਪ ਨੂੰ ਹੋਰ ਗਰੂਮ ਕੀਤਾ। ਮੈਂ ਸੱਚੀ ਵਿੱਚ ਬਹੁਤ ਇੱਕ ਡਰਾਸਟਿਕ ਚੇਂਜ ਦੇਖਿਆ ਕਵਿਤਾ ਦੇ ਵਿੱਚ। ਅਤੇ ਕਵਿਤਾ ਕਿੱਦਾਂ ਲੱਗ ਰਿਹਾ ਦੂਸਰੀ ਵਾਰ ਮਿਸਿਸ ਪੰਜਾਬ 'ਚ ਆ ਕੇ? ਔਰ ਇੱਕ ਚੀਜ਼ ਹੋਰ ਕਹਿਣਾ ਚਾਹੂੰਗੀ, ਕਈ ਲੋਕ ਕਹਿੰਦੇ ਨੇ ਕਿ ਸ਼ੋਅ ਦੇ ਵਿੱਚ ਇੱਕ ਵਾਰੀ ਪਾਰਟੀਸਪੇਟ ਕਰਨ ਤੋਂ ਬਾਅਦ ਕੁਛ ਪਾਰਟੀਸਪੈਂਟਸ ਇੱਦਾਂ ਦੇ ਬਣ ਜਾਂਦੇ ਨੇ ਕਿ ਲਿੰਕ ਕੱਟ ਕਰ ਦਿੰਦੇ ਨੇ, ਜਾਂ ਜੇ ਕੁਛ ਇੱਦਾਂ ਦਾ ਹੁੰਦਾ ਸ਼ੋਅ ਦੇ ਵਿੱਚ ਬੁਰਾਈ ਹੁੰਦੀ ਆ ਕਿ ਕੋਈ ਕਿਸੇ ਤਰ੍ਹਾਂ ਦਾ ਵੀ ਕੁਛ ਪਾਰਸ਼ਲ ਲੱਗਦਾ, ਤਾਂ ਸ਼ਾਇਦ ਕਵਿਤਾ ਦੂਸਰੀ ਵਾਰ ਨਾ ਆਉਂਦੀ। ਮੈਮ ਜੋ ਤੁਸੀਂ ਕਿਹਾ ਨਾ ਉਹ ਸਾਰਾ ਮੈਂ ਕਹਿਣ ਵਾਲੀ ਸੀਗੀ। ਪਹਿਲੀ ਗੱਲ ਤਾਂ ਇਹ ਸ਼ੋਅ ਇਸ ਤਰ੍ਹਾਂ ਦਾ ਹੈ, ਸਾਰੇ ਸ਼ੋਅ ਕਿਸੇ ਕੋਈ ਵੀ ਸ਼ੋਅ ਚਲੇ ਜਾਓ ਤੁਹਾਡੇ ਐਕਸਪੈਕਟੇਸ਼ਨ ਤੋਂ ਹਾਈ ਲੈਵਲ 'ਚ ਜਾ ਕੇ ਉਹ ਪੈਸੇ ਮੰਗਦੇ ਨੇ। ਇਹੋ ਸ਼ੋਅ ਅਸੀਂ ਫਾਈਨਲਿਸਟ ਹੈ, ਸਾਡੇ ਕੋਲ ਇੱਕ ਰੁਪਈਆ ਨਹੀਂ ਲਿਆ ਇਹਨਾਂ ਨੇ ਇੱਥੇ ਆ ਕੇ। ਔਰ ਪਹਿਲੀ ਗੱਲ ਇਹ, ਜਦੋਂ ਵੀ ਅਸੀਂ ਇੱਥੇ ਆਉਂਦੇ ਹਾਂ ਨਾ, ਕਿਤੇ ਵੀ ਬਾਹਰ ਜਾਈਏ, ਲੇਡੀਜ਼ ਨੂੰ ਇਹ ਹੁੰਦਾ ਕਿ ਅਸੀਂ ਬਾਹਰ ਜਾ ਰਹੀ ਹਾਂ, ਪਤਾ ਨਹੀਂ ਅਸੀਂ ਕਿਸ ਤਰ੍ਹਾਂ ਸੇਫ ਫੀਲ ਹੁੰਦੇ ਹਾਂ, ਪਰ ਇਹ ਫੈਮਿਲੀ ਹੈ ਸਾਡੀ। ਅਸੀਂ ਜੇ ਇੱਕ ਫੈਮਿਲੀ ਵਾਂਗੂ ਸਾਨੂੰ ਟ੍ਰੀਟ ਕਰਦੇ ਨੇ, ਸਾਨੂੰ ਆਪਣੇ ਬੱਚਿਆਂ ਵਾਂਗੂ, ਆਪਣੀਆਂ ਭੈਣਾਂ ਵਾਂਗੂ ਟ੍ਰੀਟ ਕਰਦੇ ਨੇ, ਸਾਨੂੰ ਬਿਲਕੁਲ ਇਹ ਨਹੀਂ ਲੱਗਦਾ ਕਿ ਅਸੀਂ ਕਿਤੇ ਬਾਹਰ ਆਏ ਹਾਂ, ਕਿਸੇ ਬਾਹਰਲੇ ਲੋਕਾਂ ਵਿੱਚ ਆਏ ਹਾਂ। ਅਤੇ ਪਹਿਲੀ ਗੱਲ, ਦੂਜੀ ਗੱਲ ਇੱਕ ਹੋਰ ਕਹਿਣਾ ਚਾਹਾਂਗੀ ਕਿ ਮੈਂ ਇੱਕ ਰੀਅਲੀ ਇੱਕ ਉਮੀਦ ਨਹੀਂ ਕਦੀ ਛੱਡਦੀ। ਮੈਂ ਲਾਸਟ ਟਾਈਮ ਜਦੋਂ ਆਈ ਸੀਗੀ, ਮੇਰੇ ਵਿੱਚ ਬਹੁਤ ਕਮੀਆਂ ਸੀ, ਕਹਿੰਦੇ ਆਪਣੇ ਅੰਦਰ ਜੋ ਕਮੀਆਂ ਹੁੰਦੀਆਂ ਨੇ ਉਹਨਾਂ ਨੂੰ ਲੱਭਣਾ ਚਾਹੀਦਾ, ਅਤੇ ਮੇਰੇ ਅੰਦਰ ਬਹੁਤ ਕਮੀਆਂ ਸੀ, ਮੈਂ ਫਾਈਨਲ ਤੱਕ ਨਹੀਂ ਜਾ ਸਕੀ। ਪਰ ਇਸ ਵਾਰ ਮੈਂ ਆਪਣੀ ਉਹ ਕਮੀਆਂ ਦੂਰ ਕੀਤੀਆਂ, ਤੁਹਾਡੇ ਕੋਲੋਂ ਵੀ ਮੈਂ ਪੁੱਛਦੀ ਸੀਗੀ, ਬਾਕੀ ਕੁੜੀਆਂ ਕੋਲੋਂ ਵੀ ਪੁੱਛਦੀ ਸੀ, ਔਰ ਉਹ ਕਮੀਆਂ ਦੂਰ ਕਰਕੇ ਅੱਜ ਮੈਨੂੰ ਇੱਥੇ ਮੌਕਾ ਮਿਲਿਆ ਮਿਸਿਸ ਫਾਈਨਲਿਸਟ ਆਫ ਮਿਸਿਸ ਪੰਜਾਬ 'ਚ ਖੜ੍ਹਨ ਦਾ। ਅਤੇ ਮੈਂ ਮਿਸਿਸ ਪਠਾਨਕੋਟ ਦੀ ਵਿਨਰ ਹਾਂ, ਮੈਂ ਉਹਨੂੰ ਬਹੁਤ ਪ੍ਰਾਊਡ ਫੀਲ ਕਰਦੀ ਹਾਂ। ਕਹਿੰਦੇ ਸੁਪਨਿਆਂ ਨੂੰ ਕਦੀ ਕੁੜੀ ਮੇਰੇ ਸ਼ਹਿਰ ਤੋਂ ਹੈ, ਕਦੀ ਪ੍ਰਾਊਡ ਕਰਦੀ ਹਾਂ ਸੁਪਨਿਆਂ ਨੂੰ। ਇੱਕ ਇੱਕ ਮੈਸੇਜ ਦੇਣਾ ਚਾਹੂੰਗੀ, ਤੁਸੀਂ ਆਪਣੇ ਆਪ ਨੂੰ ਕਦੀ ਥੋੜ੍ਹਾ ਨਾ ਸਮਝੋ, ਜੇ ਇੱਕ ਵਾਰੀ ਤੁਹਾਡਾ ਸੁਪਨਾ ਪੂਰਾ ਨਹੀਂ ਨਾ ਹੁੰਦਾ, ਕਦੀ ਆਸ ਨਾ ਛੱਡੋ। ਰੱਬ ਤੁਹਾਨੂੰ ਦੂਜਾ ਮੌਕਾ ਜ਼ਰੂਰ ਦਿੰਦਾ, ਰੱਬ ਉਦੋਂ ਦੂਜਾ ਮੌਕਾ ਦਿੰਦਾ ਜਦੋਂ ਤੁਸੀਂ ਦੂਜਾ ਮੌਕਾ ਆਪ ਲੈਂਦੇ। ਥੈਂਕ ਯੂ ਸੋ ਮਚ ਕਵਿਤਾ, ਆਲ ਦੀ ਬੈਸਟ ਫੋਰ ਫਿਊਚਰ। ਅਤੇ ਇਹਦੇ ਨਾਲ ਹੀ ਅਸੀਂ ਸਾਡੇ ਮਿਸਿਸ ਲੁਧਿਆਣਾ ਮੋਬਾਈਲ ਫੜ ਕੇ ਪਤਾ ਨਹੀਂ ਕਿੰਨੀਆਂ ਫੋਟੋਆਂ ਖਿੱਚ ਰਹੇ ਨੇ। ਬਠਿੰਡਾ ਹੋਰ ਕਿਵੇਂ ਹੋ ਖੁਸ਼ਬੂ ਤੁਸੀਂ? ਇਹ ਬਹੁਤ ਅੱਛੇ ਕੇਕ ਬੇਕਰ ਵੀ ਨੇ, ਮੈਂ ਥੋੜ੍ਹੀ ਜਿਹੀ ਐਡਵਰਟੀਜ਼ਮੈਂਟ ਤੁਹਾਡੀ ਕਰਤੀ ਦੇਖ ਲਓ। ਕੱਲ੍ਹ ਸਾਡੀ ਗਰੂਮਿੰਗ ਸੈਸ਼ਨ ਦੇ ਵਿੱਚ ਅਸੀਂ 2 ਕੇਕ ਕੱਟੇ ਸੀਗੇ, ਇੱਕ ਸਾਨੂੰ ਰੈਡੀਸਨ ਵੱਲੋਂ ਮਿਲਿਆ ਸੀ, ਇੱਕ ਕੇਕ ਖੁਸ਼ਬੂ ਵੱਲੋਂ ਆਇਆ ਸੀਗਾ। ਅਤੇ ਖੁਸ਼ਬੂ ਥੈਂਕ ਯੂ ਸੋ ਮਚ, ਬਹੁਤ ਅੱਛਾ ਕੇਕ ਬਣਾਉਂਦੇ ਤੁਸੀਂ, ਅਤੇ ਕਿੱਦਾਂ ਦਾ ਫੀਲ ਹੋ ਰਿਹਾ ਇੱਥੇ ਆ ਕੇ? ਮੈਨੂੰ ਬਹੁਤ ਅੱਛਾ ਫੀਲ ਹੁੰਦਾ। ਫਸਟ ਆਫ ਆਲ ਮੈਂ ਸੋਚਿਆ ਨਹੀਂ ਸੀ ਕਿ ਮੈਂ ਕਦੀ ਮਾਡਲਿੰਗ ਲਾਈਨ 'ਚ ਜਾਵਾਂਗੀ। ਮੇਰੀ ਡਿਜ਼ਾਇਰ ਸੀਗੀਆਂ ਕਿ ਮੈਂ ਜਾਵਾਂ, ਬਟ ਜਿੱਦਾਂ ਉਹਨੂੰ ਪੂਰਾ ਕਰਨਾ ਸੀ, ਮੇਰਾ ਵਿਆਹ ਹੋ ਗਿਆ, ਅਤੇ ਇਹਦੇ 'ਚ ਮੇਰੇ ਹਸਬੈਂਡ ਦਾ ਬਹੁਤ ਵੱਡਾ ਰੋਲ ਹੈ। ਮੈਂ ਆਹੀ ਕਹਿਣਾ ਚਾਹੂੰਗੀ ਕਿ ਅੱਜ ਮੈਂ ਇੱਥੇ ਹੈਗੀ ਹਾਂ ਤਾਂ ਉਹਨਾਂ ਦੇ ਕਾਰਨ, ਅਤੇ 99 ਐਂਟਰਟੇਨਮੈਂਟ ਦੀ ਟੀਮ ਦੇ ਕਾਰਨ ਹੈ। ਅਤੇ ਆਹ ਵੀ ਕਹਿਣਾ ਚਾਹੂੰਗੀ ਕਿ ਮੈਂ ਆਪਣੇ ਡ੍ਰੀਮਸ ਪੂਰਾ ਕਰਦੀ ਹੋਈ ਦੇਖ ਰਹੀ ਹਾਂ ਅੱਜ ਵੀ। ਅਤੇ ਜਿੰਨੀਆਂ ਵੀ ਕੁੜੀਆਂ ਜੋ ਬਾਹਰ ਨਹੀਂ ਨਿਕਲਦੀਆਂ, ਉਹਨਾਂ ਲਈ ਇੱਕ ਆਹੀ ਮੈਸੇਜ ਹੈ ਕਿ ਤੁਸੀਂ ਆਓ, ਆਪਣੇ ਸੁਪਨਿਆਂ ਨੂੰ ਪੂਰਾ ਕਰੋ, ਅਤੇ ਆਪਣੇ 'ਚ ਕੌਨਫੀਡੈਂਸ ਕਦੀ ਨਾ ਖੋਈਓ। ਕਦੀ ਵੀ ਤੁਹਾਡੇ ਸੁਪਨੇ ਕਿਸੇ ਵੀ ਪੁਆਇੰਟ 'ਤੇ ਪੂਰੇ ਹੋ ਸਕਦੇ, ਔਰ ਇੱਥੇ ਆ ਕੇ ਤੁਸੀਂ ਕੁਛ ਨਾ ਕੁਛ ਜ਼ਰੂਰ ਸਿੱਖ ਕੇ ਜਾਓਗੇ। ਕੱਲ੍ਹ ਦਾ ਪਹਿਲਾ ਦਿਨ ਕਿੱਦਾਂ ਗਿਆ? ਬਹੁਤ ਅੱਛਾ ਐਕਸਪੀਰੀਅੰਸ ਸੀਗਾ, ਅਤੇ ਮੈਨੂੰ ਬਹੁਤ ਕੁਛ ਸਿੱਖਣ ਨੂੰ ਮਿਲਿਆ। ਮੈਨੂੰ ਮਾਡਲਿੰਗ ਦਾ ਐਮ ਵੀ ਨਹੀਂ ਪਤਾ ਸੀ, ਬਟ ਮੈਂ ਥੋੜ੍ਹਾ ਬਹੁਤਾ ਅਪਰਾਜਿਤਾ ਮੈਮ ਨੂੰ ਵੀ ਥੈਂਕ ਯੂ ਬੋਲਦੀ ਹਾਂ ਕਿ ਉਹਨਾਂ ਨੇ ਸਾਨੂੰ ਥੋੜ੍ਹਾ ਜਿਹਾ ਮਾਡਲਿੰਗ ਬਾਰੇ ਦੱਸਿਆ ਕਿ ਲੈਫਟ ਸਾਈਡ ਰਾਈਟ ਸਾਈਡ ਕੀ ਹੁੰਦੀ ਹੈ, ਲੈਫਟ ਐਸ ਰਾਈਟ ਐਸ। ਅਤੇ ਉਹ ਮੈਂ ਗ੍ਰੈਪ ਕਰਨ ਦੀ ਪੂਰੀ ਕੋਸ਼ਿਸ਼ ਕਰੂੰਗੀ, ਅਤੇ ਕੋਸ਼ਿਸ਼ ਕਰੂੰਗੀ ਕਿ ਮੈਂ ਮਿਸਿਸ ਪੰਜਾਬ 2019 ਵਿਨ ਕਰਾਂ। ਆਲ ਦੀ ਬੈਸਟ ਆਪ ਕਰੇ, ਤੁਹਾਡੀ ਜੋ ਵਿਸ਼ੇਸ਼ ਤੁਸੀਂ ਆਪਣੀ ਸੋਚ ਕੇ ਆਏ ਹੋ ਸਾਰੀਆਂ ਪੂਰੀਆਂ ਹੋਣ। ਕੰਗਰੈਚੁਲੇਸ਼ਨ ਐਂਡ ਆਲ ਦੀ ਬੈਸਟ। ਅਤੇ ਨੈਕਸਟ ਪਾਰਟੀਸਪੈਂਟ ਇੱਥੇ ਖੜ੍ਹੇ ਨੇ ਜੋ ਕਿ ਸਾਡੇ ਫਾਈਨਲਿਸਟ ਅਮਨਜੋਤ ਜੀ, ਇਹ ਵੀ ਮੇਰੇ ਸ਼ਹਿਰ ਤੋਂ ਨੇ ਪਠਾਨਕੋਟ ਤੋਂ। ਹਾਂਜੀ। ਅਤੇ ਹਾਂਜੀ ਅਮਨਜੋਤ ਜੀ, ਤੁਹਾਨੂੰ ਕਿੱਦਾਂ ਲੱਗ ਰਿਹਾ ਪਠਾਨਕੋਟ ਤੋਂ ਲੁਧਿਆਣੇ ਆ ਕੇ ਗਰੂਮਿੰਗ ਸੈਸ਼ਨ ਦੇ ਵਿੱਚ ਆ ਕੇ, ਕਿੱਦਾਂ ਦਾ ਫੀਲ ਹੋ ਰਿਹਾ? ਮੈਮ ਇਟਸ ਲਾਈਕ ਅ ਡ੍ਰੀਮਸ ਕਮ ਟਰੂ। ਜਿੱਦਾਂ ਕਿ ਤੁਹਾਨੂੰ ਵੀ ਪਤਾ, ਆਪਾਂ ਬਿਲਕੁਲ ਛੋਟੇ ਜਿਹੇ ਸਰਫੇਸ 'ਚ ਰਹਿ ਰਹੇ ਹਾਂ, ਖੇਤਰ ਜਿਹੜਾ ਬਿਲਕੁਲ ਬਿਲਕੁਲ ਬਿਲਕੁਲ, ਅਤੇ ਉੱਥੋਂ ਦੀ ਇੱਥੇ ਇੱਕ ਇੰਪੋਸੀਬਲ ਚੀਜ਼ ਸੀ। ਪਹਿਲਾਂ ਤਾਂ ਸਾਨੂੰ ਥੈਂਕਸ ਕਰਨਾ ਚਾਹੀਦਾ
ਪਰਮਿੰਦਰ ਸਰ ਦਾ ਤੇ 99 ਦਾ ਕਿਉਂ ਕਿਉਂਕਿ ਪਹਿਲਾਂ ਪਠਾਨਕੋਟ ਦੇ ਵਿੱਚ ਆਡੀਸ਼ਨਸ ਨਹੀਂ ਹੁੰਦੇ ਸੀਗੇ ਤੇ ਅਸੀਂ ਲਾਸਟ ਈਅਰ ਤੋਂ ਪਠਾਨਕੋਟ 'ਚ ਆਡੀਸ਼ਨ ਸ਼ੁਰੂ ਕੀਤੇ ਨੇ ਅਤੇ ਬਹੁਤ ਅੱਛਾ ਰਿਸਪੋਂਸ ਮਿਲਿਆ ਵੀ ਆ ਪਠਾਨਕੋਟ ਤੋਂ ਅਤੇ ਹਰ ਸਾਲ ਹੋਰ ਵਧੀਆ ਵਧੀਆ ਟੈਲੈਂਟ ਪਠਾਨਕੋਟ 'ਚੋਂ ਨਿਕਲ ਕੇ ਆਏਗਾ ਅਤੇ ਪਠਾਨਕੋਟ ਦੀ ਲੇਡੀਜ਼ ਜਿਹੜੀਆਂ ਦੇਖ ਰਹੀਆਂ ਨੇ ਅਗਲੇ ਸਾਲ ਵੱਧ ਤੋਂ ਵੱਧ ਕੇ ਹਿੱਸਾ ਲੈਣਾ ਕਿਉਂਕਿ ਕਿਤੇ ਨਾ ਕਿਤੇ ਮੈਨੂੰ ਵੀ ਖੁਸ਼ੀ ਹੁੰਦੀ ਹੈ ਜਦੋਂ ਮੇਰੇ ਆਪਣੇ ਸ਼ਹਿਰ ਦੇ ਲੋਕ ਆਉਂਦੇ ਨੇ ਔਰ ਪਾਰਟੀਸਪੇਟ ਕਰਦੇ ਨੇ ਅਤੇ ਅੱਗੇ ਵੱਧਦੇ ਨੇ ਹਾਂਜੀ ਹਾਂਜੀ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਕਿੱਦਾਂ ਦਾ ਫੀਲ ਹੋ ਰਿਹਾ ਇੱਥੇ ਆ ਕੇ ਮੈਮ ਦੇਖੋ ਅਸੀਂ ਪਹਿਲੇ ਕਦੇ ਸੋਚਿਆ ਹੀ ਨਹੀਂ ਸੀ ਕਿ ਸਾਨੂੰ ਵੀ ਇਸ ਲੈਵਲ 'ਤੇ ਪਹੁੰਚਾਉਣਗੇ ਸਭ ਤੋਂ ਪਹਿਲੇ ਜਦੋਂ ਸਾਨੂੰ ਬੁਲਾਇਆ ਗਿਆ ਤਾਂ ਅਸੀਂ ਸੋਚਿਆ ਕਿ ਮੇ ਬੀ ਅਸੀਂ ਫਿੱਟ ਨਾ ਬੈਠੀਏ ਬਟ ਸਾਨੂੰ ਇੰਨਾ ਪਿਆਰ ਇੰਨਾ ਸਨਮਾਨ ਮਿਲਿਆ ਸਾਰਿਆਂ ਨੂੰ ਇਕੁਅਲ ਇੱਥੇ ਰੱਖਿਆ ਗਿਆ ਉਸ ਚੀਜ਼ ਨੇ ਨਾ ਇੱਕ ਦਿਲ 'ਚ ਇੱਕ ਜਗ੍ਹਾ ਬਣਾ ਤੀ ਕਿ ਸਾਡੀ ਵੀ ਅਹਿਮੀਅਤ ਹੈ ਵੂਮੈਨਸ ਦੀ ਆਪਣੇ ਘਰ ਤੋਂ ਬਾਹਰ ਵੀ ਅਹਿਮੀਅਤ ਹੁੰਦੀ ਹੈ ਸੇਮ ਹੀ ਰਿਸਪੈਕਟ ਮਿਲਦੀ ਹੈ ਔਰ ਇੱਥੇ ਬੋਂਡਿੰਗ ਰਿਲੇਸ਼ਨਸ਼ਿਪ ਸਾਡੀ ਬਣ ਗਈ ਜੋ ਕਿ ਇਕੁਐਲਿਟੀ ਅਸੀਂ ਸੋਚਦੇ ਸੀ ਨਹੀਂ ਹੁੰਦੀ ਬਟ ਆਲ ਆਰ ਸੇਮ ਰਿਸਪੈਕਟ ਜੋ ਮਿਲੀ ਸਾਨੂੰ ਔਰ ਜੋ ਸਿੱਖਣ ਨੂੰ ਮਿਲਿਆ ਪ੍ਰੋਫੈਸ਼ਨਲ ਮਾਡਲ ਤੋਂ ਸਾਨੂੰ ਮਿਲੀ ਹੈ ਔਰ ਐਕਟਰੈਸ ਸਾਡੇ ਨਾਲ ਨੇ ਅਸੀਂ ਅਸੀਂ ਕਦੇ ਸੋਚਿਆ ਨਹੀਂ ਸੀ ਅਸੀਂ ਇੰਡੀਅਨ ਲੈਵਲ 'ਤੇ ਪਹੁੰਚਾਂਗੇ ਕਿ ਸਾਨੂੰ ਸਭ ਜਾਣ ਪਾਉਣਗੇ ਬਿਲਕੁਲ ਅਮਨਜੋਤ ਚਲੋ ਅਤੇ ਮੈਨੂੰ ਇਹ ਦੱਸੋ ਕਿ ਤੁਹਾਨੂੰ ਲੱਗਿਆ ਕਿ ਇੱਥੇ ਦਾ ਮਤਲਬ ਬਹੁਤ ਮਤਲਬ ਹੁਣ ਮੈਨੂੰ 2 ਸਾਲ ਹੋ ਗਏ ਇਸ ਸ਼ੋਅ ਦੇ ਨਾਲ ਹੈ ਨਾ ਬਹੁਤ ਸਾਰੀਆਂ ਨੈਗੇਟਿਵ ਗੱਲਾਂ ਵੀ ਸੁਣਨ ਨੂੰ ਮਿਲਦੀਆਂ ਨੇ ਚੰਗਾ ਵੀ ਸੁਣਨ ਨੂੰ ਮਿਲਦਾ ਅਤੇ ਇਹਦੇ ਲਾਈਫ ਦੇ ਫੇਸ ਹੈ ਅਤੇ ਮਿਲਦਾ ਹੀ ਰਹਿਣਾ ਅਸੀਂ ਜਿੰਨਾ ਅੱਗੇ ਵਧਾਂਗੇ ਜਾਂ ਜਿੰਨਾ ਵੀ ਕੁਛ ਵੀ ਕਰਾਂਗੇ ਅਤੇ ਇਹ ਚੀਜ਼ਾਂ ਨਾਲ ਨਾਲ ਮਿਲਣਗੀਆਂ ਅਤੇ ਕੁਛ ਲੋਕਾਂ ਦਾ ਕਹਿਣਾ ਹੈ ਕਿ ਪਤਾ ਨਹੀਂ ਪਾਰਸਲ ਹੋ ਜਾਂਦੇ ਆ ਜਾਂ ਕੁਛ ਇੱਦਾਂ ਹੁੰਦਾ ਤੁਹਾਨੂੰ ਹਾਲੇ ਤੱਕ ਕੱਲ੍ਹ ਦਾ ਦਿਨ ਸੀਗਾ ਹੈ ਨਾ ਅਸੀਂ ਸਾਰੇ ਇੱਥੇ ਪ੍ਰੈਜੈਂਟ ਸੀਗੇ ਤੁਹਾਨੂੰ ਲੱਗਿਆ ਕੁਛ ਇੱਦਾਂ ਦਾ ਕਿ ਹਾਂ ਵੀ ਕਿਸੇ ਨੂੰ ਜ਼ਿਆਦਾ ਇੰਪੋਰਟੈਂਸ ਦੇ ਰਹੇ ਜਾਂ ਕਿਸੇ ਨੂੰ ਨਹੀਂ ਦੇ ਰਹੇ ਕੁਛ ਇੱਦਾਂ ਦੀ ਫੀਲਿੰਗ ਆਈ ਨੋ ਮੈਮ ਆਲ ਆਰ ਸੇਮ ਇੱਥੇ ਸਾਡੇ 'ਤੇ ਡਿਪੈਂਡ ਕਰਦਾ ਅਗਰ ਅਸੀਂ ਬੈਸਟ ਪਰਫੋਰਮੈਂਸ ਦੇਵਾਂਗੇ ਤਾਂ ਅਸੀਂ ਵਿਨਰ ਬਣਾਂਗੇ ਸਾਰਿਆਂ ਨੂੰ ਇਕੁਅਲ ਹੀ ਰੱਖਿਆ ਜਾ ਰਿਹਾ ਸਾਰਿਆਂ ਨੂੰ ਸੇਮ ਹੀ ਪ੍ਰਾਇਓਰਿਟੀ ਦਿੱਤੀ ਜਾਂਦੀ ਹੈ ਇਹ ਸਭ ਵਹਿਮ ਨੇ ਇਹ ਸਭ ਜਿਹੜੇ ਆਪਣੇ ਆਪ ਨੂੰ ਗਿਵ ਅਪ ਕਰ ਦਿੰਦੇ ਨੇ ਉਹ ਮੈਸੇਜ ਬਾਹਰ ਫੈਲਾਉਂਦੇ ਨੇ ਕਿ ਸਾਡੇ ਨਾਲ ਉੱਥੇ ਪਾਰਸ਼ੀਅਲਿਟੀ ਹੋਈ ਹਾਲਾਂਕਿ ਮੈਨੂੰ ਇੱਥੇ ਜੁੜੇ ਹੁਣ 2-3 ਮਹੀਨੇ ਹੋ ਗਏ ਨੇ ਬਿਲਕੁਲ ਸਪਟੈਂਬਰ ਤੋਂ ਮੈਂ ਇਹਦੇ ਨਾਲ ਟੱਚ ਅਪ 'ਚ ਰਹੀ ਹਾਂ ਬਟ ਜੋ ਵੀ ਹੈ ਇੱਥੇ ਸਭ ਇਕੁਅਲਿਟੀ ਹੈ ਤੁਹਾਡੇ 'ਤੇ ਡਿਪੈਂਡ ਕਰਦਾ ਤੁਹਾਡਾ ਟੈਲੈਂਟ ਤੁਹਾਡਾ ਵੇ ਆਫ ਟਾਕਿੰਗ ਤੁਹਾਡਾ ਵੇ ਆਫ ਰੈਮ ਪੋਕ ਸਭ ਡਿਪੈਂਡ ਕਰਦਾ ਹੈ ਕਿ ਤੁਸੀਂ ਵਿਨਰ ਬਣਦੇ ਹੋ ਕਿ ਤੁਸੀਂ ਆਪਣੇ ਆਪ ਨੂੰ ਹੀ ਡੀਮੋਟੀਵੇਟ ਕਰਕੇ ਅੱਗੇ ਸਪਰੈਡ ਕਰਦੇ ਹੋ ਨੈਗੇਟਿਵ ਨਿਊਜ਼ ਨੂੰ ਮਤਲਬ ਥੈਂਕ ਯੂ ਸੋ ਮਚ ਅਤੇ ਮੈਂ ਇਸ ਦੇ ਨਾਲ ਹੀ ਬੁਲਾਉਣਾ ਚਾਹੂੰਗੀ ਸਾਡੇ ਉਹ ਡਾਇਰੈਕਟਰ ਹਰਪ੍ਰੀਤ ਕੌਰ ਮੈਮ ਨੂੰ ਕਿ ਤੁਸੀਂ ਵੀ ਆ ਜਾਓ ਅਸੀਂ ਕੱਲ੍ਹ ਦਾ ਦੋਨੋਂ ਜਾਣੇ ਇਕੱਠੇ ਇੱਥੇ ਟਾਈਮ ਸਪੈਂਡ ਕਰ ਰਹੇ ਹਾਂ ਹੈ ਨਾ ਪਾਰਟੀਸਪੈਂਟਸ ਨੂੰ ਦੇਖ ਰਹੇ ਹਾਂ ਅਤੇ ਬਹੁਤ ਮੈਨੂੰ ਮੇਰੇ ਵੀ ਜਦੋਂ ਵੀ ਆਉਂਦੀ ਹਾਂ ਲਾਈਕ ਲਾਸਟ ਈਅਰ ਵੀ ਆਈ ਸੀ ਮੇਰੀਆਂ ਮੈਮਰੀਜ਼ ਬਹੁਤ ਸਾਰੀਆਂ ਰਿਫਰੈਸ਼ ਹੋਈਆਂ ਅਤੇ ਇਸ ਵਾਰ ਵੀ ਉਹ ਸਾਰੀਆਂ ਚੀਜ਼ਾਂ ਮਤਲਬ ਆਪਣਾ ਟਾਈਮ ਮੈਂ ਇਮੈਜਿਨ ਕਰਦੀ ਹਾਂ ਅਤੇ ਸੱਚੀ ਵਿੱਚ ਅਸੀਂ ਬਹੁਤ ਸਾਰੇ ਚੇਂਜਿਸ ਪਿਛਲੇ 2 ਸਾਲਾਂ ਦੇ ਵਿੱਚ ਲਏ ਹਾਂ ਅਤੇ ਮੈਮ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਇੰਜੋਏ ਕਰ ਰਹੇ ਹੋ ਤੁਸੀਂ ਗਰੂਮਿੰਗ ਸੈਸ਼ਨ ਮੈਨੂੰ ਸਮ੍ਰਿਤੀ ਇਹ ਲੱਗ ਰਿਹਾ ਜੋ ਤੁਹਾਡਾ ਬੈਚ ਸੀ ਨਾ ਉਹ ਮੱਚ 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 ਬੈਟਰ ਸੀਗਾ ਜਿਹੜਾ ਨਹੀਂ ਮੈਂ ਕਹਿਣਾ ਚਾਹ ਰਹੀ ਕਿ ਬੈਚ ਹੈ ਬਟ ਤੁਹਾਡਾ ਬੈਚ ਬਾਰੇ ਸਾਰੇ ਪ੍ਰਾਊਡ ਫੀਲ ਕਰੋ ਸਹੀ ਹੈ ਇੰਨਾ ਐਨਰਜੈਟਿਕ ਔਰ ਇੰਨਾ ਡਿਸਿਪਲਿਨ 'ਚ ਮਤਲਬ ਇੰਨਾ ਕੁ ਅੱਛਾ ਬੈਚ ਸੀ ਨਾ ਉਹ ਏਮ ਨਹੀਂ ਮੈਂ ਕਹਿ ਰਹੀ ਵੀ ਇਹ ਵਾਲਾ ਬੈਚ ਮਾੜਾ ਹੈ ਉਹ ਨਹੀਂ ਆਪਣੀ ਖਾਸੀਅਤ ਸੀਗੀ ਇਹਦੀ ਹਜੇ ਹਜੇ ਤੱਕ ਮੈਨੂੰ ਕੋਈ ਦਿਖੀ ਨਹੀਂ ਹੈ ਕੋਈ ਗੱਲ ਨਹੀਂ ਕਈ ਵਾਰੀ ਕੀ ਹੁੰਦਾ ਕਿ ਹਰ ਇੱਕ ਨੂੰ ਨਾ ਕੋਈ ਵੀ ਨਵੀਂ ਜਗ੍ਹਾ 'ਤੇ ਜਾ ਕੇ ਨਵੇਂ ਮਾਹੌਲ 'ਚ ਜਾ ਕੇ ਨਾ ਟਲਣ ਦਾ ਥੋੜ੍ਹਾ ਟਾਈਮ ਲੱਗਦਾ ਮੇਬੀ ਕੱਲ੍ਹ ਹੁਣ ਪਹਿਲਾਂ ਦਿਨ ਸੀਗਾ ਪਹਿਲੇ ਦਿਨ 'ਚ ਨਾ ਦੋਸਤ ਸੀ ਉਸ ਚੀਜ਼ ਨੂੰ ਫੋਲੋ ਤਾਂ ਕਰ ਰਹੇ ਨੇ ਉਹ ਗੋਣ ਦੇਖਦੇ ਹਾਂ ਚਲੋ ਕੋਈ ਗੱਲ ਨਹੀਂ ਅਸੀਂ ਵੈਸੇ ਤਾਂ ਮੈਨੂੰ ਲੱਗਦਾ ਕਿ ਅੱਜ ਜਿਹੜਾ ਕੱਲ੍ਹ ਦਾ ਦਿਨ ਸਾਡਾ ਹੋਏਗਾ ਕਿ ਉਹ ਮੈਡਮ ਤਾਂ ਕਰਕੇ ਕਹਿ ਰਹੇ ਨੇ ਮੈਂ ਵਿਊਅਰਸ ਨੂੰ ਦੱਸ ਦੇਵਾਂ ਕਿ ਕੱਲ੍ਹ ਅਸੀਂ ਟਾਈਮ ਦਿੱਤਾ ਸੀਗਾ 9 ਵਜੇ ਪਹੁੰਚਣ ਦਾ ਅਤੇ ਤਕਰੀਬਨ ਪਾਰਟੀਸਪੈਂਟ 12 ਵਜੇ ਪਹੁੰਚੇ ਜਿਸ ਤਰ੍ਹਾਂ ਕਿ ਅਸੀਂ ਬਹੁਤ ਕੁਛ ਪਲਾਨ ਕੀਤਾ ਹੋਇਆ ਸੀਗਾ ਤਾਂ ਫਿਰ ਉਹ ਟਾਈਮਿੰਗ ਦੀ ਵਜ੍ਹਾ ਨਾਲ ਕੁਛ ਨਾ ਕੁਛ ਉਹੀ ਗੱਲ ਲਿਮਿਟਡ ਆਪਣੇ ਕੋਲ ਵੀ ਟਾਈਮ ਲਿਮਿਟਡ ਹੁੰਦਾ ਕਿ ਅਸੀਂ ਚਾਹੁੰਦੇ ਕਿ ਉਸ ਟਾਈਮ ਦੇ ਵਿੱਚ ਅਸੀਂ ਕਾਫੀ ਕੁਛ ਮਤਲਬ ਜਿਹਨੇ ਸਾਡੇ ਪਾਰਟੀਸਪੈਂਟਸ ਹੋਣ ਹੋਰ ਜ਼ਿਆਦਾ ਫੈਸਿਲਿਟੀਜ਼ ਦੇ ਕੇ ਹੋਰ ਐਕਟੀਵਿਟੀਜ਼ ਨਾਲ ਜਾਣੂ ਕਰਵਾ ਕੇ ਹੋਰ ਉਹਨਾਂ ਦਾ ਜੋ ਇੰਡਰਲਾ ਟੈਲੈਂਟ ਹੈ ਨਾ ਉਹਨੂੰ ਆਪਾਂ ਹੋਰ ਉਭਾਰ ਮੈਨੂੰ ਲੱਗਦਾ ਇਹ ਗੱਲ ਸੁਣ ਕੇ ਜਿਹੜੇ ਸਾਡੇ ਹੁਣ ਵਾਲੇ ਫਾਈਨਲਿਸਟ ਨੇ ਉਹਨਾਂ ਦੇ ਘਰ ਦੇ ਪੱਕਾ ਇਹ ਲਾਈਵ ਦੇਖਣ ਅਤੇ ਪਲੀਜ਼ ਤੁਸੀਂ ਉਹਨਾਂ ਨੂੰ ਕੋਈ ਕੰਮ ਨਾ ਦਵੋ ਸਵੇਰੇ ਉਹਨਾਂ ਨੂੰ ਜਲਦੀ ਹੀ ਉਠਾ ਕੇ ਜਲਦੀ ਫ੍ਰੀ ਕਰਕੇ 9 ਵਜੇ ਇੱਥੇ ਪਹੁੰਚਾਓ ਕਿ ਉਹਨਾਂ ਦਾ ਬੈਡ ਇੰਪੈਕਟ ਨਾ ਪਵੇ ਕਿਉਂਕਿ ਮੈਂ ਕਿਤੇ ਨਾ ਕਿਤੇ ਮੈਂ ਅੰਡਰਸਟੈਂਡ ਕਰ ਪਾ ਰਹੀ ਹਾਂ ਕਿ ਮੈਰਿਡ ਨੇ ਕਈਆਂ ਦੇ ਬੱਚੇ ਵੀ ਨੇ ਘਰ ਦੇ ਕੰਮ ਵੀ ਨੇ ਕੁਛ ਕਈਆਂ ਨੂੰ ਕੁਛ ਹੀਲਸ ਪਰਚੇਜ਼ ਕਰਨੀਆਂ ਕਿਸੇ ਨੇ ਕੁਛ ਕੰਮ ਕਰਨਾ ਅਤੇ ਇਹ ਸਾਰੀਆਂ ਚੀਜ਼ਾਂ ਕਰਕੇ ਲੇਟ ਹੋ ਜਾਂਦੇ ਆ ਬਟ ਫਿਰ ਵੀ ਘਰਦਿਆਂ ਨੂੰ ਕਹੂੰਗੀ ਥੋੜ੍ਹਾ ਸਪੋਰਟ ਕਰੋ ਆ 3-4 ਦਿਨ ਨੇ ਅਤੇ ਜੇ ਤੁਹਾਡੀ ਸਪੋਰਟ ਕਰਕੇ ਉਹ ਅੱਗੇ ਜਾਂਦੇ ਨੇ ਤਾਂ ਤੁਹਾਡੇ ਪਰਿਵਾਰ ਦਾ ਹੀ ਨਾਮ ਰੋਸ਼ਨ ਹੋਣਾ ਨਾਲ ਮੇਨ ਗੱਲ ਹੈ ਸਮ੍ਰਿਤੀ ਆਪਾਂ ਜਿਵੇਂ ਤੁਸੀਂ ਪਹਿਲਾਂ ਆਲਰੇਡੀ ਦੱਸ ਚੁੱਕੇ ਹੋ ਕਿ ਅਸੀਂ ਇਸ ਚੀਜ਼ ਦਾ ਕੋਈ ਚਾਰਜ ਨਹੀਂ ਕਰ ਰਹੇ ਹਾਂ ਈਵਨ ਦੈਨ ਵੀ ਆਰ ਪ੍ਰੋਵਾਈਡਿੰਗ ਸੋ ਮੱਚ ਫੈਸਿਲਿਟੀਜ਼ ਮਤਲਬ ਇੰਨਾ ਕੁਛ ਉਹਨਾਂ ਨੂੰ ਪ੍ਰੋਵਾਈਡ ਕਰ ਰਹੇ ਹਾਂ ਉਹ ਸਿਰਫ ਇਸ ਚੀਜ਼ ਵਾਸਤੇ ਕਿਉਂਕਿ ਸਾਡਾ ਸ਼ੋਅ ਤੁਹਾਨੂੰ ਪਤਾ ਹੀ ਹੈ ਬਿਲਕੁਲ ਬਿਲਕੁਲ
ਇਸ ਕਰਕੇ ਇੱਕ ਨਿੱਕੀ ਨਿੱਕੀ ਚੀਜ਼ ਨੂੰ ਸਿਖਾਈ ਜਾ ਰਹੀ ਹੈ ਪ੍ਰੋਫੈਸ਼ਨਲਸ ਤੋਂ, ਇੰਨੇ ਅੱਛੇ ਟ੍ਰੇਨਰਸ ਨੇ ਸਾਡੇ ਜਿਹੜੇ ਹਰੇਕ ਚੀਜ਼ ਨੂੰ ਸਿਖਾ ਰਹੇ ਮੈਮ। ਜਿੱਦਾਂ ਤੁਸੀਂ ਆਪਣੀ ਅਕੈਡਮੀ ਚਲਾ ਰਹੇ ਹੋ ਨਾ, ਸ਼ਾਈਨਿੰਗ ਚੈਂਪਸ ਅਕੈਡਮੀ ਦੇ ਨਾਮ 'ਤੇ ਮੈਮ ਦੀ ਅਕੈਡਮੀ ਹੈ, ਮੈਮ ਬਹੁਤ ਅੱਛੇ ਮਿਊਜ਼ਿਕ ਟੀਚਰ ਵੀ ਨੇ, ਡਾਂਸ ਟ੍ਰੇਨਰ ਵੀ ਨੇ, ਅਤੇ ਮੈਂ ਚਾਹੂੰਗੀ ਕਿ ਅੱਜ ਜਦੋਂ ਵੀ ਸਾਨੂੰ ਟਾਈਮ ਮਿਲਦਾ ਇਹਨਾਂ ਦਾ ਫੋਟੋਸ਼ੂਟ ਤੋਂ ਫ੍ਰੀ ਹੁੰਦੇ ਅਤੇ ਤੁਸੀਂ ਇਹਨਾਂ ਨੂੰ ਆਪਣਾ ਇੱਕ ਅੱਧਾ ਪੌਣਾ ਘੰਟਾ ਦੇਵੋ ਜਿਹਦੇ ਵਿੱਚ ਤੁਸੀਂ ਇਹਨਾਂ ਨੂੰ ਥੋੜ੍ਹੀਆਂ ਟਿਪਸ ਦੇਵੋ ਕਿ ਟੈਲੈਂਟ ਰਾਊਂਡ ਦੇ ਵਿੱਚ ਇਹਨਾਂ ਨੇ ਕਿੱਦਾਂ ਪਰਫੋਰਮ ਕਰਨਾ, ਜੇ ਕੋਈ ਸਿੰਗਿੰਗ ਕਰ ਰਿਹਾ ਤਾਂ ਉਹਨੇ ਕਿੱਦਾਂ ਸਿੰਗਿੰਗ ਕਰਨੀ ਹੈ। ਬਿਲਕੁਲ, ਲਾਸਟ ਟਾਈਮ ਵੀ ਮੈਂ ਉਹੀ ਆਪਾਂ ਕਲਾਸ ਰੱਖੀ ਸੀਗੀ, ਇਸ ਟਾਈਮ ਅਸੀਂ ਸੋਚਿਆ, ਬਟ ਉਹੀ ਹੈ ਕਿ ਜਿਸ ਟਾਈਮ ਚਲ ਗਏ ਸੀਰੀਅਸਲੀ ਟਾਈਮਿੰਗ ਬਹੁਤ ਮੈਟਰ ਕਰਦੀ ਹੈ। ਚਲੋ ਕੋਈ ਗੱਲ ਨਹੀਂ, ਮੈਂ ਜਿੰਨੀਆਂ ਮੈਨੂੰ ਲੱਗਦਾ ਮੈਂ ਸਾਰਿਆਂ ਨਾਲ ਮਿਲਵਾ ਦਿੱਤਾ ਤੁਹਾਨੂੰ, ਜਿਨ੍ਹਾਂ ਦਾ ਫੋਟੋ ਸ਼ੂਟ ਚੱਲ ਰਿਹਾ ਉਧਰ ਖੜੀਆਂ ਨੇ ਸਾਡੀਆਂ ਸੁੰਦਰੀਆਂ ਮਿਸਿਸ ਪੰਜਾਬ ਦੀਆਂ ਫਾਈਨਲ, ਇਹਨਾਂ ਨੂੰ ਵੀ ਲੈ ਲਓ। ਹੁਣ ਬਹੁਤ ਹੀ ਪਿਆਰੀ ਜੀ ਲੁੱਕ ਲੱਗ ਰਹੀ ਹੈ ਮੈਨੂੰ ਨਵਿਆ ਕੌੜਾ, ਨਵਿਆ ਇੱਧਰ ਆ ਜਾਓ ਤੁਸੀਂ, ਲੁਕਿੰਗ ਵੈਰੀ ਪ੍ਰੀਟੀ, ਥੈਂਕ ਯੂ, ਬਹੁਤ ਸੋਹਣੇ ਲੱਗ ਰਹੇ ਹੋ। ਅਤੇ ਇਹਨਾਂ ਦਾ ਵੀ ਫੋਟੋ ਸ਼ੂਟ ਲਈ ਦੇਖੋ ਕਿੰਨਾ ਅੱਛਾ ਮਿਸਿਸ ਪੰਜਾਬ ਪਲੈਟਫਾਰਮ ਪ੍ਰੋਵਾਈਡ ਕਰਾਉਂਦਾ ਕਿ ਬਾਰ ਬਾਰ ਸੈਲੀਬ੍ਰਿਟੀ ਵਾਲੀ ਫੀਲਿੰਗ ਆ ਜਾਓ। ਨਵੇਂ ਇੱਧਰ ਖੜੇ ਹੁੰਦੇ ਅਸੀਂ, ਇੱਧਰ ਧੁੱਪ ਆ ਰਹੀ ਹੈ, ਸੂਰਜ ਦੇ ਨਾਲ ਤੁਸੀਂ ਹੋਰ ਥੋੜ੍ਹਾ ਚਮਕੋਗੇ, ਤੁਹਾਡਾ ਫੇਸ ਚਮਕੇਗਾ, ਖੂਬਸੂਰਤੀ ਹੋਰ ਬਾਹਰ ਆਏਗੀ। ਦੇਖੋ ਮਿਸਿਸ ਪੰਜਾਬ ਇਹਨਾਂ ਨੂੰ ਇੱਕ ਇੱਕ ਜਿਹੜਾ ਲਾਈਕ ਇੱਕ ਇੱਕ ਮੂਮੈਂਟ ਇਹਨਾਂ ਨੂੰ ਸਪੈਸ਼ਲ ਫੀਲ ਕਰਾ ਰਿਹਾ। ਦੇਖੋ ਕਿੰਨਾ ਪ੍ਰੋਫੈਸ਼ਨਲੀ ਫੋਟੋਗ੍ਰਾਫਰ ਬੁਲਾ ਕੇ ਅਸੀਂ ਇਹਨਾਂ ਦਾ ਫੋਟੋ ਸ਼ੂਟ ਕਰਾ ਰਹੇ ਹਾਂ, ਅਤੇ ਇਹ ਮੈਨੂੰ ਤਾਂ ਤੁਹਾਨੂੰ ਯਾਦ ਹੈ ਵੈਸੇ ਤੁਸੀਂ ਮੈਰਿਡ ਹੋ, ਇੱਥੇ ਆ ਕੇ ਤਾਂ ਬਹੁਤ ਹੀ ਗਲੈਮਰਸ ਔਰ ਇੱਦਾਂ ਲੱਗ ਰਿਹਾ ਜਿਵੇਂ ਅਸੀਂ ਸੁਪਰ ਮਾਡਲਸ ਹਾਂ, ਸਾਡੇ ਅੱਗੇ ਪਿੱਛੇ ਫੋਟੋਗ੍ਰਾਫਰਸ ਨੇ, ਅਤੇ ਬਿਲਕੁਲ ਅਸੀਂ ਇੱਦਾਂ ਮੇਕਅਪ ਕਰਕੇ ਜੋ ਆਪਾਂ ਆਪਣੀ ਰੀਅਲ ਲਾਈਫ 'ਚ ਨਹੀਂ ਵੀ ਕਰਦੇ, ਅਤੇ ਇੱਦਾਂ ਲੱਗਦਾ ਕਿ ਪੂਰਾ ਐਵੇਂ ਪ੍ਰੋਫੈਸ਼ਨਲ ਮੇਕਅਪ ਕਰਾ ਕੇ ਡਰੈਸਅਪ ਹੋ ਕੇ ਆਪਾਂ ਸ਼ੂਟ ਕਰਾਉਣ ਆਏ ਹਾਂ। ਮਤਲਬ ਆਪਾਂ ਪਹਿਲਾਂ ਹੀ ਸੈਲੀਬ੍ਰਿਟੀ ਔਰ ਵਿਨਰ ਬਣ ਚੁੱਕੇ ਹਾਂ, ਰਿਜ਼ਲਟ ਤਾਂ ਰੱਬ ਭਰੋਸੇ ਹੈ ਅਤੇ ਜੱਜਸ ਭਰੋਸੇ ਹੈ, ਬਟ ਅੱਜ ਸਾਨੂੰ ਸਾਰਿਆਂ ਨੂੰ ਇੱਦਾਂ ਲੱਗ ਰਿਹਾ ਕਿ ਅਸੀਂ ਸਾਰੇ ਵਿਨਰਸ ਹਾਂ ਅਤੇ ਇੱਕ ਸੈਲੀਬ੍ਰਿਟੀ ਹਾਂ ਕਿ ਫੋਟੋਗ੍ਰਾਫਰਸ ਸਾਰੇ ਸਾਡੇ ਅੱਗੇ ਪਿੱਛੇ ਨੇ ਫੋਟੋਜ਼ ਕਲਿੱਕ ਕਰ ਰਹੇ, ਬਹੁਤ ਹੀ ਵਧੀਆ ਲੱਗ ਰਿਹਾ। 99 ਐਂਟਰਟੇਨਮੈਂਟ ਟੀਮ ਦਾ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਉਹਨਾਂ ਨੇ ਇੰਨਾ ਵਧੀਆ ਅਤੇ ਇੰਨਾ ਵੈਲ ਔਰਗਨਾਈਜ਼ ਪਲੈਟਫਾਰਮ ਸਾਡੇ ਸਾਰਿਆਂ ਲਈ ਔਰਗਨਾਈਜ਼ ਕੀਤਾ ਹੈ ਕਿ ਵਿਆਹੀਆਂ ਹੋਈਆਂ ਕੁੜੀਆਂ ਨੂੰ ਵੀ ਇੱਦਾਂ ਲੱਗਦਾ ਹੈ ਕਿ ਉਹ ਕੁਆਰੀਆਂ ਨੇ, ਅਤੇ ਉਹਨਾਂ ਨੂੰ ਹਲੇ ਮਤਲਬ ਜਿਵੇਂ ਕਹਿੰਦੇ ਨਾ ਏਜ ਇਜ਼ ਜਸਟ ਅ ਨੰਬਰ, ਇਹ ਮੈਨੂੰ ਇੱਦਾਂ ਹੀ ਲੱਗਦਾ ਕਿ ਏਜ ਸੀਰੀਅਸਲੀ ਜਸਟ ਅ ਨੰਬਰ, ਜੇ ਆਪਾਂ ਵਿਆਹੇ ਆ ਨਹੀਂ ਵਿਆਹੇ ਸਾਡੇ ਜਿਹੜੇ ਸੁਪਨੇ ਆ ਉਹ ਅਸੀਂ ਵਿਆਹ ਤੋਂ ਬਾਅਦ ਵੀ ਪੂਰੇ ਕਰ ਸਕਦੇ ਹਾਂ। ਅਤੇ ਇੱਕ ਸਭ ਤੋਂ ਪਹਿਲਾਂ ਮੇਨ ਹੱਥ ਹੁੰਦਾ ਆਪਣੀ ਫੈਮਿਲੀ ਦਾ, ਫੈਮਿਲੀ ਨੇ ਓਕੇ ਕੀਤਾ, ਅਤੇ ਦੂਜਾ ਹੁੰਦਾ ਕਿ ਸਾਨੂੰ ਪਲੈਟਫਾਰਮ ਕੌਣ ਪ੍ਰੋਵਾਈਡ ਕਰ ਰਿਹਾ। ਅਤੇ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਪਰਮਿੰਦਰ ਸਰ ਦਾ, ਹਰਪ੍ਰੀਤ ਮੈਮ ਦਾ, ਸਾਡੇ ਮੈਂਟੋਰ ਨੇ ਸਮ੍ਰਿਤੀ ਮੈਮ, ਅਤੇ ਬਹੁਤ ਹੀ ਵਧੀਆ ਲੱਗ ਰਿਹਾ, ਥੈਂਕ ਯੂ। ਜਿਸ ਤਰ੍ਹਾਂ ਕਿ ਤੁਹਾਡਾ ਕੱਲ੍ਹ ਜਦੋਂ ਤੁਸੀਂ ਆਏ ਸੀਗੇ ਸੋਚਿਆ ਸੀਗਾ ਕਿ ਲਾਈਕ ਇੱਦਾਂ ਦਾ ਵੈਲਕਮ ਹੋਏਗਾ ਜਾਂ ਸਾਰੇ? ਵੈਲਕਮ ਬਹੁਤ ਹੀ ਜ਼ਿਆਦਾ, ਮਤਲਬ ਕਹਿ ਸਕਦੇ ਹਾਂ ਕਿ ਉਮੀਦ ਤੋਂ ਬਹੁਤ ਹੀ ਜ਼ਿਆਦਾ ਵਧੀਆ ਸੀਗਾ, ਇੰਨਾ ਜ਼ਿਆਦਾ ਅੱਛਾ ਸਪੈਸ਼ਲ ਫੀਲ ਕਰਾਇਆ ਸੀਗਾ। ਸਾਨੂੰ ਇੱਦਾਂ ਲੱਗ ਰਿਹਾ ਜਿਵੇਂ ਮੈਂ ਨਾ ਇੱਕ ਬਹੁਤ ਕਹਿੰਦੀ ਹੁੰਦੀ ਹਾਂ ਹਰ ਵਾਰੀ ਕਿ ਹਰ ਲੇਡੀ ਹਰ ਗਰਲ ਦੇ ਉੱਤੇ ਨਾ ਇੱਕ ਇਨਵਿਜ਼ੀਬਲ ਕਰਾਊਨ ਹੁੰਦਾ, ਅਤੇ ਹੁਣ ਆਪਾਂ ਇੱਥੇ ਸਿਰਫ ਇੱਕ ਵਿਜ਼ੀਬਲ ਕਰਾਊਨ ਲੈਣ ਆਏ ਹਾਂ, ਠੀਕ ਹੈ? ਅਤੇ ਉਹ ਇੱਕ ਵਿਜ਼ੀਬਲ ਕਰਾਊਨ ਨਹੀਂ ਤਾਂ ਇੱਕ ਉਹ ਟਿਆਰਾ ਜਿਹੜਾ ਹੈਗਾ ਉਹ ਦਿੱਤਾ ਗਿਆ। ਫਲਾਵਰਸ ਕਹਿੰਦੇ ਆ ਕਿ ਵੀ ਇੱਕ ਟੋਕਨ ਆਫ ਗ੍ਰੈਟੀਟਿਊਡ ਹੈ, ਫੀਲਿੰਗਸ ਐਕਸਪ੍ਰੈਸ ਕਰਦਾ, ਅਤੇ ਫਲਾਵਰ ਦਿੱਤਾ, ਟਿੱਕਾ ਲਗਾਇਆ ਜੋ ਕਿ ਆਪਣੇ ਇੰਡੀਅਨ ਰਿਚੁਅਲ ਦਾ ਇੱਕ ਪਾਰਟ ਹੈ, ਬਹੁਤ ਹੀ ਵਧੀਆ ਲੱਗਿਆ। ਬਹੁਤ ਹੀ ਕਿਤੇ ਉਹ ਟਿਆਰਾ ਦੇਣ ਦਾ ਸਾਡਾ ਮਕਸਦ ਇਹ ਸੀਗਾ ਕਿ ਸਾਡੇ ਲਈ ਤੁਸੀਂ ਸਾਰੇ ਜਿੰਨੇ ਫਾਈਨਲਿਸਟ ਹੋ ਸਾਡੇ ਲਈ ਸਾਰੇ ਇਕੁਅਲ ਹੋ, ਅਸੀਂ ਉਹ ਟਿਆਰਾ ਹੈ ਨਾ ਟੋਕਨ ਆਫ ਲਵ, ਅਸੀਂ ਇੱਕ ਤਰ੍ਹਾਂ ਤੁਹਾਡੇ ਸਿਰ 'ਤੇ ਕਰਾਊਨ ਰੱਖ ਦਿੱਤਾ ਕਿ ਤੁਸੀਂ ਸਾਡੇ ਸਾਰਿਆਂ ਲਈ ਇਕੁਅਲ ਹੋ, ਬਾਕੀ ਵਿਨਰ ਤਾਂ ਤੁਹਾਨੂੰ ਪਤਾ ਹੀ ਹੈ। ਜਿਵੇਂ ਆਪਾਂ ਵਟਸਐਪ 'ਤੇ ਦੇਖਦੇ ਹਾਂ ਨਾ ਉਹ ਏਂਜਲ ਦੇ ਉੱਤੇ ਉਹ ਹੁੰਦਾ ਹੈ ਸਰਕਲ ਜਿਹਾ, ਸਾਨੂੰ ਟਿਆਰਾ ਪਾ ਕੇ ਆਪਾਂ ਏਂਜਲਸ ਹੀ ਲੱਗ ਰਹੇ ਸੀਗੇ ਸਾਰੇ, ਬਹੁਤ ਅੱਛਾ ਲੱਗ ਰਿਹਾ। ਚਲੋ ਨਵਿਆ, ਆਲ ਦੀ ਬੈਸਟ, ਵਧੀਆ ਕਰੋ ਤੁਸੀਂ, ਤੁਹਾਡੇ ਸਾਰੇ ਡ੍ਰੀਮਸ ਪੂਰੇ ਹੋਣ, ਥੈਂਕ ਯੂ। ਨੈਕਸਟ ਇੱਕ ਬਹੁਤ ਹੀ ਪਿਆਰੀ ਜੀ ਪਾਰਟੀਸਪੈਂਟ ਫਾਈਨਲਿਸਟ ਖੜ੍ਹੇ ਨੇ, ਮੈਨੂੰ ਨਾਮ ਨਾ ਸਾਰਿਆਂ ਦੇ ਹਾਲੇ ਨਾਮ ਯਾਦ ਕਰਨ 'ਚ ਟਾਈਮ ਲੱਗੂਗਾ। ਅਜੋ ਗੁਰਦੀਪ, ਹਾਂ ਮੈਂ ਹੁਣੇ ਇਹਨਾਂ ਦਾ ਇੱਕ ਵੀਡੀਓ ਦੇਖਿਆ ਸੀ, ਮੈਨੂੰ ਕਿਸੇ ਨੇ ਦਿਖਾਇਆ ਸੀਗਾ, ਬਹੁਤ ਅੱਛਾ ਇਹ ਉਹ ਸਟੈਪ ਕਰਦੇ ਨੇ ਬਾਲਾ ਵਾਲਾ, ਇਹਨਾਂ ਤੋਂ ਕਰਾਵਾਂਗੇ ਆਪਾਂ ਜਦੋਂ ਮੈਡਮ ਦਾ ਥੋੜ੍ਹਾ ਇੱਕ ਘੰਟੇ ਦਾ ਟਾਈਮ ਲਵਾਂਗੇ। ਅਤੇ ਹਾਂਜੀ ਗੁਰਦੀਪ, ਕਿੱਦਾਂ ਦਾ ਲੱਗ ਰਿਹਾ ਤੁਹਾਨੂੰ? ਲੱਗ ਰਿਹਾ ਬਹੁਤ ਖੁਸ਼ ਹੈ, ਔਰ ਮੇਰਾ ਅੱਜ ਡਿਜ਼ਾਇਰ ਪੂਰਾ ਹੋ ਰਿਹਾ ਜੋ ਮੈਨੂੰ ਚਾਹੁੰਦੀ ਸੀ ਕਿ ਹਾਂ ਮੈਂ ਆਪਣੀ ਲਾਈਫ 'ਚ ਇੱਥੇ ਤੱਕ ਪਹੁੰਚਾਂ, ਔਰ ਮੈਂ ਪਹੁੰਚ ਚੁੱਕੀ ਹਾਂ ਆਲਮੋਸਟ। ਓਕੇ, ਤੁਹਾਨੂੰ ਕੀ ਲੱਗਦਾ ਕਿੰਨਾ ਕੁ ਤਗੜਾ ਕੰਪੀਟੀਸ਼ਨ ਹੈ? ਕੰਪੀਟੀਸ਼ਨ ਬਹੁਤ ਜ਼ਿਆਦਾ ਡਿਫੀਕਲਟ ਹੋ ਗਿਆ, ਜਿਵੇਂ ਕਿ ਤੁਸੀਂ ਮੇਲ ਦੇ ਵਿੱਚ ਸਾਨੂੰ ਸੈਂਡ ਕੀਤਾ ਕਿ 30 ਕੁੜੀਆਂ 'ਚੋਂ 10 ਕੁੜੀਆਂ ਸਿਲੈਕਟ ਹੋਣੀਆਂ ਜਸਟ ਟੈਲੈਂਟ ਰਾਊਂਡ ਲਈ, ਇਟ ਇਜ਼ ਵੈਰੀ ਡਿਫੀਕਲਟ, ਉਸ ਤੋਂ ਬਾਅਦ 5 ਸਿਲੈਕਟ ਹੋਣੀਆਂ, ਔਰ ਕੰਪੀਟੀਸ਼ਨ ਬਹੁਤ ਅੱਛੇ ਲੈਵਲ 'ਤੇ ਜਾ ਰਿਹਾ ਔਰ ਬਹੁਤ ਹਾਰਡ ਹੈ। ਤੁਹਾਨੂੰ ਕੀ ਲੱਗ ਰਿਹਾ, ਤੁਹਾਨੂੰ ਟਫ ਕੰਪੀਟੀਸ਼ਨ, ਮਤਲਬ ਕੁਛ ਹੁੰਦਾ ਨਾ ਸਾਨੂੰ ਲੱਗਦਾ ਕਿ ਹਾਂ ਇਹ ਮੇਰਾ ਕੰਪੀਟੀਸ਼ਨ ਹੈ, ਕੁਛ ਲੱਗਿਆ ਕਿਸੇ ਨੂੰ ਦੇਖ ਕੇ ਕਿ ਹਾਂ ਬਈ ਮਤਲਬ ਇਹਨਾਂ ਨੂੰ ਮਤਲਬ ਮੈਂ ਇਹਨਾਂ ਤੋਂ ਬੈਸਟ
ਪਾਰਟ ਕਰ ਰਹੇ ਹਾਂ ਸਭ ਤੋਂ ਹੀ ਡਰ ਲੱਗ ਰਿਹਾ ਸਭ ਇੰਨੇ ਅੱਛੇ ਲੱਗ ਰਹੇ ਹੈ ਤੇ ਮੈਂ ਵੀ ਆਪਣਾ ਬੈਸਟ ਦੇਣ ਦੀ ਟਰਾਈ ਕਰ ਰਹੀ ਹਾਂ ਤੁਹਾਡਾ ਫੋਟੋ ਸ਼ੂਟ ਹੋ ਗਿਆ ਕਿ ਹਾਲੇ ਠੀਕ ਹੈ ਆਲ ਦੀ ਬੈਸਟ ਕੁਲਦੀਪ ਇਹ ਸੀ ਸਾਡੀ ਕੁਝ ਪਾਰਟੀਸਪੈਂਟ ਜਿਨ੍ਹਾਂ ਦਾ ਅੱਜ ਫੋਟੋਸ਼ੂਟ ਹੈ ਕੁਝ ਜਾਣਿਆਂ ਦਾ ਕੱਲ੍ਹ ਨੂੰ ਹੈ ਫੋਟੋਸ਼ੂਟ ਬਾਕੀ ਜੋ ਜੋ ਅਪਡੇਟਸ ਨਾਲ ਨਾਲ ਆਈ ਜਾਣਗੀਆਂ ਮੈਂ ਤੁਹਾਨੂੰ ਵਾਰ ਵਾਰ ਲਾਈਵ ਆ ਕੇ ਦਊਂਗੀ ਬਟ ਤੁਸੀਂ ਨੋਟੀਫਿਕੇਸ਼ਨ ਜਦੋਂ ਵੀ ਆਉਂਦਾ ਮਿਸਿਸ ਪੰਜਾਬ ਦਾ ਪੇਜ ਲਾਈਵ ਹੋਇਆ ਤਾਂ ਉਸੇ ਵੇਲੇ ਸਾਰੇ ਕੰਮ ਛੱਡ ਕੇ ਲਾਈਵ ਦੇਖਣ ਆਓ ਕਿਉਂਕਿ ਤੁਹਾਨੂੰ ਡਿਫਰੈਂਟ ਡਿਫਰੈਂਟ ਪਾਰਟੀਸਪੈਂਟਸ ਨਾਲ ਮਿਲਾਵਾਂਗੇ ਡਿਫਰੈਂਟ ਡਿਫਰੈਂਟ ਐਕਟੀਵਿਟੀਜ਼ ਜੋ ਉਹਨਾਂ ਨੂੰ ਕਰਵਾਈਆਂ ਜਾ ਰਹੀਆਂ ਉਹ ਦਿਖਾਵਾਂਗੇ ਓਨੀ ਦੇਰ ਲਈ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਥੈਂਕ ਯੂ